ਓਏ ਕਿਦਾਂ ਸੱਚੇ ਤੇਰੇ ਉਹ ਪਰਲੇ ਦੇ ਤੇਰੇ ਵਿਆਹ ਦੇ ਜੁੱਤੀਆਂ ਵੀ ਪਈਆਂ ਕਿਹਦੇ ਪਈਆਂ ਤੇਰੇ ਪਈਆਂ ਕਿਹਦੇ ਪਈਆਂ ਜਦੋਂ ਇਹਦੇ ਪਈਆਂ ਇਹਦੇ ਪਈਆਂ ਨਾ ਅੱਜ ਜਦੋਂ ਕਰੇਪਾਂ ਵਿਆਹ ਗਿਆ ਹੀ ਆ ਪਿੱਛੇ ਜੇ ਤੈਨੂੰ ਵਿਆਹ 'ਚ ਸਾਰਿਆਂ ਨੇ ਫੜ ਕੇ ਕੁੱਟਿਆ ਨੇ ਤੈਨੂੰ ਪਤਾ ਨਾ ਤੈਨੂੰ ਯਾਦ ਨਹੀਂ ਚੱਲ ਮੈਨੂੰ ਕੁੱਟਿਆ ਹੀ ਹੈ ਫੜ ਕੇ ਮੈਨੂੰ ਕੁੱਟਿਆ ਹੀ ਸੀ ਇਹਨੇ ਕੁੱਟਿਆ ਹੀ ਠੀਕ ਉਹ ਮੈਨੂੰ ਮੈਨੂੰ 43 ਮੈਨੂੰ ਆਹੋ ਜਿਹੜੇ ਤਿੰਨ ਕਿ ਜਾਣੇ ਹੀ ਆ ਨਾ ਉਹਨਾਂ ਨੇ ਮੈਨੂੰ ਹੀ ਕੁੱਟਿਆ ਸੀ ਹੇ ਤਾਂ ਲੈ ਲੰਮੇ ਪਾਤਾ ਪਰ ਮੈਂ ਕੁਝ ਕਿਹਾ ਨਹੀਂ ਉਹਨਾਂ ਨੂੰ ਨਹੀਂ ਤੂੰ ਚੁੱਪ ਕਰਕੇ ਜੁੱਤੀਆਂ ਹਾਲੀਆਂ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਤਾ ਉਹਦੇ ਬਾਣੀ ਕਹਾ ਨੈਟਫਲਿਕਸ ਦੇਖਦੇ ਆਂ ਨੈਟਫਲਿਕਸ ਦੇਖਦੇ ਆਂ ਅੱਜ ਗੱਲ ਉਹ ਯੂਟਿਊਬ ਬਣਾ ਲੇ ਤੈਨੂੰ ਕਿਹੜਾ ਸਮਝ ਲੱਗਦੇ ਮੈਨੂੰ ਲੱਗਦੀ ਫਿਰ ਦੇਖ ਲਈ ਯਾਰ ਸੁਣਾ ਕਿਰਾ ਅੱਛਾ ਦੇਖਣਾ ਯਾ ਸੁਣਾ ਕਿਰਾ ਬਣਾ ਲਿਓ ਵੀਡੀਓ ਵੀ ਪਰ ਜੇ ਕੋਪ ਪਾਈ ਓਏ ਫੂਕਾ ਨਹੀਂ ਮਾਰਨੀਆ ਵਿੱਚ ਆਹੋ ਇਦਾਂ ਨਹੀਂ ਕਰਨਾ ਓਹ ਤੇ ਗਾਣੇ 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 ਸੁਣਦਾ ਕੌਣ ਕੌਣ ਸ਼ਕੀਨ ਆ ਕੀ ਸਿੰਗਰ ਕਿਹੜਾ ਪਸੰਦ ਆ? ਆ ਸਿੱਧੂ ਮੂਸੇ ਵਾਲਾ। ਤੇ ਸਿੱਧੂ ਮੂਸੇ ਵਾਲੇ ਦਾ ਕਿਹੜਾ ਪਸੰਦ ਆ? ਆ 295 ਮੇਰੀ ਮਾਂ ਮੇਰਾ ਰੱਬ ਉਹਦਾ ਸੋਹ ਤੈਰਾ ਹੈ ਜਦੋਂ ਕਸ ਤੋਂ ਚੰਗਾ ਬਲਾ ਹਸਣੋਂ ਕਸ ਤੋਂ ਅੱਜ ਇਹ ਅੱਛਾ ਇੱਕ ਗਾਣੇ ਦੇ ਵਿੱਚ ਨਾ ਇੱਕ ਹੋਰ ਅੱਖਰ ਵਰਤਦੇ ਹੁੰਦੇ ਆ। ਉਹ ਗਾਣੇ ਦੇ ਵਿੱਚ ਇੱਕ ਚੀਜ਼ ਕਰਦੇ ਹੁੰਦੇ ਆ ਤੂੰ ਕਾਲੀ ਡੱਬੀ ਕਾਲਾ ਮਾਲ ਐਦਾਂ ਜੀਆਂ ਕਰਦੇ ਨੇ ਨਾ ਕਈ ਗਾਣਿਆਂ ਦੇ ਵਿੱਚ ਕਾਲਾ ਕਾਲਾ ਹੁੰਦੇ ਹੈਂ? ਕੱਦੇ ਹੁੰਦੇ ਕਾਲਾ ਛਕਿਆ ਹੋਇਆ ਵਾ ਇਦਾਂ ਉਹ ਉਹ ਕੀ ਹੁੰਦਾ ਵਾ ਪਤਾ ਕਿਸੇ ਨੂੰ ਨਹੀਂ ਹੈ ਮੈਂ ਕਦੇ ਕਰੀ ਕਾਲਾ ਛੇ ਬਾਹਰ ਬਾਹਰ ਕੋ ਜਾਣਾ ਚਾਹੁੰਦਾ ਤੁਹਾਡੇ ਤੋਂ ਮੈਂ ਜਾਣਾ ਚਾਹੁੰਦਾ ਸਪੇਨ ਜਾਣਾ ਚਾਹੁੰਦਾ ਮੈਂ ਕੈਨੇਡਾ ਤੂੰ ਕੈਨੇਡਾ ਤੇ ਉਹ ਸਪੇਨ ਹੈ ਹੂੰ ਤੇ ਉੱਥੇ ਸਪੇਨ ਹੁਣ ਇੱਥੇ ਤੇ ਤੁਸੀਂ ਸਿੱਖਦੇ ਇੰਗਲਿਸ਼ ਤੇ ਸਪੇਨ ਚ ਤੇ ਸਪੈਨਿਸ਼ ਬੋਲੀ ਜਾਂਦੀ ਹੈ ਸਪੈਨਿਸ਼ ਮੇਂ ਗਿਣਤੀ ਹੁੰਦੀ ਹੈ ਸਪੈਨਿਸ਼ ਗਿਣਤੀ ਆਉਂਦੀ ਹੈ ਹਾਂਜੀ ਹਲੋ ਹੰਦੀਆ ਚਲ ਸੁਣਾਓ ਫਿਰ ਸਪੈਨਿਸ਼ ਗਿਣਤੀ ਚਲਾਂਗਾ ਇੱਕ ਆਣਾ ਚਲੋ ਉਹਨਾਂ ਦੋ ਸੇ ਸਖਵਾਤੋ ਸਿੰਕੋ ਸੇਈ ਸੀ ਤੇ ਓਚੋ ਨਰਵੇਦੀਆਸ 11 12 ਤੇ ਸੇਖਵਾਤੋ ਸੇ ਸਿੰਕੋ ਸੇਈ ਤੂੰ ਜੋਕ ਹਿੰਦੀ ਵਿੱਚ ਹੁੰਦਾ ਇੰਗਲਿਸ਼ ਚ ਇੰਗਲਿਸ਼ ਚ ਜੋਕ ਹਾਂ ਲੱਗ ਗਿਆ ਲੱਗ ਗਿਆ ਮਾਈਕ ਦੇ ਇਧਰ ਆ ਲੱਗੇ ਆ ਇਧਰ ਸੋਚੰਦੋ ਲੈ ਕੁਝ ਨਹੀਂ ਦੱਸ ਸੋਚੰਦੋ ਸੋਚੰਦੋ ਨਹੀਂ ਇੱਥੇ ਨਹੀਂ ਉੱਥੇ 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 ਮੈਂ ਕਿਹਾ ਉੱਥੇ ਮੈਂ ਕਿਤੇ ਲੱਗੇ ਪੈ ਸਾਡਾ ਪੋਡਕਾਸਟ ਵੇਲ ਲੈ ਇੱਥੇ ਮੈਂ ਇੱਥੇ ਮੈਂ ਹਾਂ ਜੋ ਚਲੋ ਬੋਲੋ ਪਹਿਲਾਂ ਸੱਸੀ ਗੱਲ ਮੈਂ ਪਿਆਰ ਵਿੱਚ ਨਹੀਂ ਸੱਸੀ ਆਕਾਲ ਠੀਕ ਹੈ ਇੰਦਾ ਜੀ ਸਾਰੇ ਫਿਰ ਟਿਕਟਕ ਚਲੋ ਓਕੇ ਜੀ ਸੱਸੀ ਗੱਲ ਮੇਰੇ ਵੱਲੋਂ ਵੀ ਸਾਰਿਆਂ ਨੂੰ ਮੇਰੇ ਨਾਲ ਕਾਫੀ ਚਰਚਾਉਂ ਦਿਮਾਗ ਦੇ ਵਿੱਚ ਆਈਡੀਆ ਸੀ ਮੈਂ ਕਹਿ ਹੀ ਯਾਰ ਪਿਛਾਣਿਆਂ ਨਾਲ ਤਾਂ ਸਾਰੀ ਗੱਲਾਂ ਬਾਤਾਂ ਕਰਦੇ ਆ ਨਿਆਣਿਆਂ ਨਾਲ ਕਰਨੀਆਂ ਤੇ ਆਈਡੀਆ ਕਈ ਵਾਰੀ ਆਇਆ ਕਈ ਡ੍ਰੌਪ ਹੋਇਆ ਡ੍ਰੌਪ ਇਸ ਕਰਕੇ ਹੋਇਆ ਕਿਉਂਕਿ ਮੈਨੂੰ ਕਿਤੇ ਲੱਗਦਾ ਸੀ ਯਾਰ ਵੀ ਇਹ ਅੰਡਰ 18 ਕੰਟੈਂਟ ਆ ਪਤਾ ਨਹੀਂ ਰੂਲਸ ਐਂਡ ਰੈਗੂਲੇਸ਼ਨਸ ਕੀ ਆ ਉਹ ਮੈਂ ਤਾਂ ਕਰਨਾ ਚਾਹੁੰਦਾ ਹਾਂ ਕਿ ਅੱਜ ਦੇ ਜਵਾਕਾਂ ਦੇ ਮਨਾਂ ਦੇ ਵਿੱਚ ਕੀ ਚੱਲਦਾ ਵਾ ਉਹਦਾ ਵੀ ਆਪਾਂ ਨੂੰ ਕੋਈ ਨਾ ਕੋਈ ਆਈਡੀਆ ਮਿਲ ਜੇ ਤੇ ਸੋ ਹੁਣ ਇਹਨਾਂ ਨਾਲ ਫਾਈਨਲੀ ਗੱਲ ਕਰਨੀ ਆ ਵੀ ਨੋ ਆਈਡੀਆ ਸੱਚੀ ਗੱਲ ਹੈ ਮੈਂ ਕੋਈ ਇਹਨਾਂ ਨੂੰ ਟ੍ਰੇਨ ਨਹੀਂ ਕੀਤਾ ਤੇ ਦੂਸਰੀ ਗੱਲ ਇਹ ਤੇ ਮੈਂ ਕਮੈਂਟ ਆਫ ਰੱਖਣੇ ਆ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਇਹਦੇ ਥੱਲੇ ਬੱਚਿਆਂ ਬਾਰੇ ਗਲਤ ਬੋਲੇ ਤੇ ਤੀਸਰਾ ਮੈਨੂੰ ਇਹ ਵੀ ਨਹੀਂ ਪਤਾ ਕਿ ਏੜੀ ਕਨਵਰਸੇਸ਼ਨ ਨੇ ਕੋਈ ਸੈਂਸ ਕ੍ਰੀਏਟ ਕਰਨੀ ਆ ਕਿ ਨਹੀਂ ਕਰਨੀ ਪਰ ਮੈਂ ਅੱਜ ਵੀ ਨਹੀਂ ਸੀ ਮੇਰਾ ਆਈਡੀਆ ਮੈਂ ਜਿਮ ਚੱਲਿਆ ਸੀ ਤੇ ਛੋਟੇ ਨੇ ਮੈਨੂੰ ਕਿਹਾ ਕਿ ਆਪਾਂ ਨਾ ਚੱਲਦਾ ਵਾ ਮਾਈਕ ਪੁੱਤ ਚੱਲਦਾ ਵਾ ਕੋਈ ਨਹੀਂ ਹੁੰਦਾ ਤੇਰੀ ਵੀਡੀਓ ਵੀ ਭੰਡੀ ਆ ਸਾਰਾ ਕੁਝ ਆਉਣ ਡਿਆ ਵਾ ਵਿੱਚ ਤੇ ਮੈਂ ਜਿਮ ਚੱਲਿਆ ਸੀ ਤੇ ਮੈਂ ਇਹ ਫੇਰ ਮੈਨੂੰ ਆਖਣ ਦੇ ਨਾਲ ਇੱਕਦਮ ਮੈਂ ਕਹਿ ਬਿਠਾ ਮੈਂ ਕਿ ਵੀਡੀਓ ਕਰਨੀ ਕਹਿੰਦੇ ਹਾਂ ਕਰਨੀ ਆ ਤੇ ਮੈਂ ਜਿਮ ਚੱਲਿਆ ਸੀ ਹੁਣ ਤੇ ਇਹ ਫੇਰ ਆ ਗਿਆ ਮੇਰੇ ਕੋ ਕਹਿੰਦਾ ਵੀ ਵੀਡੀਓ ਕਰਨੀ ਆ ਆਪਾਂ ਮੈਂ ਕਿਹਾ ਵੀ ਪੁੱਤ ਹਨੇਰਾ ਹੋ ਗਿਆ ਵਾ ਹੁਣ ਵੀਡੀਓ ਸਾਫ਼ ਨਹੀਂ ਆਉਣੀ ਕਹਿੰਦਾ ਆਪਾਂ ਕੀ ਵੀਡੀਓ ਤਾਂ ਲੈਣਾ ਆਪਾਂ ਤਾਂ ਗੱਲਬਾਤ ਹੀ ਕਰਨੀ ਆ ਸੋ ਉਹ ਗੱਲ ਮੈਨੂੰ ਟੰਪ ਜੇ ਗਈ ਮੈਂ ਕਿਹਾ ਅੱਜ ਤਾਂ ਫੇਰ ਪੱਕਾ ਪੋਡਕਾਸਟ ਹੋ ਗਈ ਹੋਊਗਾ ਇਹਨਾਂ ਦੇ ਨਾਲ ਸੋ ਮਾਫੀ ਜੇ ਕੋਈ ਸੈਂਸ ਕ੍ਰੀਏਟ ਨਾ ਕਰੇ ਓਕੇ ਰੈਡੀ ਆ ਜੱਸ ਹਾਂ ਹਾਂ ਜੀ ਕੀ ਦੇ ਬਾਰੇ ਗੱਲਬਾਤ ਕਰਨੀ ਤੁਸੀਂ ਸਕੂਲ ਬਾਰੇ ਪਹਿਲਾਂ ਸਕੂਲ ਬਾਰੇ ਕੀ ਸਕੂਲ ਦਾ ਕਰ ਆਪਾਂ ਪ੍ਰੋਮੋਸ਼ਨ ਨਹੀਂ ਕਰਨੀ ਤੁਹਾਡੇ ਸਕੂਲ ਦੀ ਚੰਗੀਆਂ ਚੰਗੀਆਂ ਗੱਲਾਂ ਕਹਿਣੀਆਂ ਸਕੂਲ ਬਾਰੇ ਨਹੀਂ ਬੁੱਤ ਇਹ ਸਕੂਲ ਵਾਲੇ ਦੀ ਮੁਫਤ ਜੀ ਪ੍ਰੋਮੋਸ਼ਨ ਹੋ ਜਾਣੀ ਆ ਇਹ ਤਾਂ ਉਹਨਾਂ ਦਾ ਫਾਇਦਾ ਵਾ ਹੈ ਚਲ ਸਕੂਲ ਤੋਂ ਆਪਾਂ ਗੱਲ ਕਰ ਲੈਨੇ ਆ ਸਕੂਲ ਦੇ ਵਿੱਚ ਪੰਜਾਬੀ ਬੋਲਦੇ ਨੇ ਕਿ ਹਿੰਦੀ ਬੋਲਦੇ ਨੇ ਪੰਜਾਬੀ ਵੀ ਹਿੰਦੀ ਵੀ ਇੰਗਲਿਸ਼ ਵੀ ਨਹੀਂ ਇੱਕ ਇੱਕ ਤਾਂ ਹੁੰਦੀ ਹੈ ਪੀਰੀਅਡ ਜਦੋਂ ਪੀਰੀਅਡ ਕਲਾਸ ਮੁੱਕਦੀ ਆ ਜਦੋਂ ਕਲਾਸ ਮੁੱਕ ਕੇ ਜਦੋਂ ਬਾਹਰ ਆਉਣੇ ਕਲਾਸ ਤੋਂ ਉਦੋਂ ਕਿਹੜੀ ਉਦੋਂ ਕੀ ਬੋਲਦੇ ਨੇ ਸਕੂਲ 'ਚ ਉਹ ਪੰਜਾਬੀ ਬੋਲਦੇ ਆ ਅੱਛਾ ਉਦੋਂ ਪਿਆਬੀ ਬੋਲਦੇ ਆ ਆਹ ਲਾ ਫਰੂਟ ਬਿਲਕੁਲ ਲੰਚ ਬ੍ਰੇਕ ਵਿੱਚ ਪੰਜਾਬੀ ਬੋਲਦੇ ਅੱਛਾ ਜਿਹੜਾ ਅਸੀਂ ਦੇ ਕਲਾਸ ਵਿੱਚ ਵੀ ਬੋਲਦੇ ਪੰਜਾਬੀ ਜਿਹੜਾ ਕਲਾਸ ਵਿੱਚ ਪੰਜਾਬੀ ਬੋਲਦੇ ਸਾਡੇ ਇਦਾਂ ਦਾ ਜੋ ਇੰਗਲਿਸ਼ ਦੇ ਪੀਰੀਅਡ ਵਿੱਚ ਇੰਗਲਿਸ਼ ਬੋਲਣੀ ਐ ਐਸਐਸਟੀ ਵਿੱਚ ਵੀ ਇੰਗਲਿਸ਼ OK ਐਸਐਸਟੀ ਕੀ ਜਿਹਦੇ ਵਿੱਚ ਇੰਗਲਿਸ਼ ਲਿਖੀ ਦੀ ਹੈ ਨਾ ਹਾਂ ਉਹਦੇ ਸਾਰੇ ਇੰਗਲਿਸ਼ ਵਾਲੇ ਅਛਾ ਤੂੰ ਤਾਂ ਇੰਗਲਿਸ਼ ਬੋਲੀਦੀ ਹੋਰ ਇਸ ਸਬਜੈਕਟ ਵਿੱਚ ਓਕੇ ਓਕੇ ਤੇ ਤੂੰ ਔਏ ਅਸੀਂ ਅਸੀਂ ਪੰਜਾਬੀ ਬੋਲਦੇ ਪੂਰੇ ਘੰਟੇ ਅਛਾ ਤੂੰ ਪੂਰੇ ਘੰਟੇ ਤੇਰੇ ਅਖਰ ਕਦੀ ਕਦੀ ਤੂੰ ਤੇਰੇ ਪਰ ਮਿਕਸ ਹੁੰਦੇ ਹਿੰਦੀ ਦੇ ਨਾਲ ਮੇਰੇ ਵੀ ਹਿੰਦੀ ਹੈ ਨਹੀਂ ਨਹੀਂ ਉਹ ਸਾਡੇ ਪੰਜਾਬੀ ਅਸੀਂ ਹਿੰਦੀ ਬੋਲਦੇ ਨਾ ਨਹੀਂ ਤੂੰ ਇੱਕ ਤੈਨੂੰ ਇੱਕ ਦਿਨ ਚੇਤਾ ਨਾ ਜਦ ਦਿਨ ਮੈਂ ਤੂੰ ਕਹਿੰਨਾ ਮੇਰੇ ਕੋ ਉਹਨੇ ਇਹ ਛੀਨ ਲਿਆ ਤੇ ਮੈਂ ਤੈਨੂੰ ਕਿਹਾ ਸੀ ਪੁੱਤ ਛੀਨ ਲਿਆ ਹਿੰਦੀ 'ਚ ਹੁੰਦਾ ਵਾ ਪੰਜਾਬੀ 'ਚ ਖੋਇਆ ਹੁੰਦਾ ਵਾ ਮੇਰੇ ਕੋਲ ਉਹਨੇ ਖੋਲਿਆ ਭੁੱਲ ਗਿਆ ਸੀ ਹੁਣ 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 ਪਤਾ ਲੱਗਿਆ ਹਾਂ। ਆਹੋ ਨਹੀਂ ਤੂੰ ਫਿਰ ਪੰਜਾਬੀ ਸਕੂਲੇ ਘੱਟ ਬੋਲਦਾ ਹੋਵੇਂਗਾ ਤੈਨੂੰ ਤਾਂ ਐਂਦਾ ਹੁੰਦਾ ਹੋ। ਹਾਂ। ਚਲ ਕੋਈ ਨਾ ਟੈਨਸ਼ਨ ਨਹੀਂ ਲੈਣੀ ਤੁਹਾਡਾ ਕਸੂਰ ਨਹੀਂਗਾ ਇਹ ਤੁਹਾਡੇ ਦੇ ਆਲੇ ਦੁਆਲੇ ਜੋ ਖਿਲਰਿਆ ਉਹ ਤਾਂ ਐਬਜ਼ਰਵ ਕਰਨਾ ਤੁਸੀਂ ਹਨਾ। ਬੋਲਣਾ ਕਿ ਜਿਆਦੀ ਕੀ ਵਧੀਆ ਲੱਗਦਾ ਪੰਜਾਬੀ ਹਿੰਦੀ ਜਾਂ ਪੰਜਾਬੀ ਲੱਗਦੀ ਆ ਸੋਖੀ ਹੁੰਦੀ ਆ। ਜਿਆਦੀ ਪੰਜਾਬੀ ਪਰ ਮੇਰੇ ਲਿਖਣ ਵਿੱਚ ਪੰਜਾਬੀ ਵਿੱਚ ਥੋੜੀ ਗਲਤੀਆਂ ਹੁੰਦੀਆਂ ਮੇਰੀਆਂ। ਤੇਰੀਆਂ ਆਏ। ਰੀਆ ਮਰੀ ਅੱਜ ਮੈਂ ਪਿੰਡ ਚ ਗਿਆ ਮੇਰੀ ਵੀ ਮਰੀ ਮੋਟੀ ਹੁੰਦੀ ਆ ਅੱਜ ਤਾਂ ਮੈਂ ਪੰਜਾਬ ਦੇ ਦਾ ਚੋਂ ਲੈ ਕੇ ਆਇਆ ਵਧੀਆ ਆ ਅੱਜ ਅੱਜ ਦੇ ਦੱਸਦੇ ਨਾ ਆ ਹਾਂ ਮੇਰੇ 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 ਵੀ ਸਾਰੇ ਆ ਵੀ ਚੋਦੀ ਆ ਇੰਗਲਿਸ਼ ਚ 10 ਚ ਮੇਰਾ ਇੱਕੀ ਟੈਸਟ ਹੋਇਆ ਇੱਕ ਇਹਣਾ ਬੋਲੋ ਪੁੱਤ ਤੁਸੀਂ ਦੋਨੋਂ ਬੋਲੀ ਜਾਨੇ ਵਾਰ-ਵਾਰੀ ਹਨਾ ਕੋਈ ਨਹੀਂ ਕਿਸੇ ਦੇ ਦੋਨਾਂ ਦੇ ਬਰਾਬਰ ਹੀ ਨੰਬਰ ਬਣਨੇ ਆ ਇਹ ਨਹੀਂ ਸੋਚਣਾ ਵੀ ਮੈਂ ਜ਼ਿਆਦਾ ਬੋਲਿਆ ਤੇ ਮੇਰੇ ਨੰਬਰ ਜ਼ਿਆਦਾ ਬਣਨੇ ਆ ਠੀਕ ਆ ਚਲ ਕੋਈ ਨਾ ਅੱਛਾ ਹਾਂ ਦੋਸਤ ਕੀ ਕਹਿਣਾ ਹੈ ਤੂੰ ਬੋਲ ਮੈਨੂੰ ਤਾਂ ਕਹਿੰਦਾ ਸੀ ਹੂੰ ਹਰ ਵਾਰ ਵੀ ਮੇਰੇ ਸਾਰੇ ਮਾਰਕਸ ਹੀ ਹੁੰਦੇ ਆ ਟੈਸਟਾਂ ਵਿੱਚੋਂ ਕਦੀ ਕਦੀ ਮਰਮੋ ਤੇ ਘਾਟਾ ਜਾਂਦੇ ਆ ਅੱਛਾ ਠੀਕ ਹੈ ਠੀਕ ਹੈ ਇੱਕ ਮੈਂ ਗੱਲ ਦੱਸਦਾ ਪਰਲੇ ਦਾ ਨਾਂ ਆ ਗਿਆ ਪਾਲਾ ਤੇ ਉਹ ਉਹ ਪੜਾਈ ਨੂੰ ਬਹੁਤ ਜ਼ਿਆਦਾ ਇੰਜੋਏ ਕਰਦਾ ਤੈਨੂੰ ਕੀ ਸਕੂਲ ਜਾਣ ਵਧੀਆ ਲੱਗਦਾ ਤੈਨੂੰ ਹੈ ਮਜ਼ਾ ਆਉਂਦਾ ਪੜ੍ਹ ਕੇ ਸਾਡੇ ਵੀ ਮੈਨੂੰ ਵੀ ਬੜਾ ਮਜ਼ਾ ਆਉਂਦਾ ਮੈਨੂੰ ਵੀ ਬੜਾ ਇਹਨਾਂ ਦੇ ਤੋਂ ਝੂਠ ਦਾ ਮਾਰਦੇ ਨੇ ਪਤੰਗ ਚੜਾ ਕੇ ਤੈਨੂੰ ਜ਼ਿਆਦਾ ਮਜ਼ਾ ਪਤੰਗ ਚੜਾ ਕੇ ਆਉਂਦਾ ਨਾ ਸਕੂਲ ਵੀ ਆਉਂਦਾ ਮਜ਼ਾ ਨਹੀਂ ਨਹੀਂ ਤੇ ਤੂੰ ਜਦੋਂ ਛੁੱਟੀ ਤੇ ਤੜਕੇ ਉੱਠਿਆ ਨਦਰ ਪਤੰਗਾਂ ਨੂੰ ਤਲਾਵਾਂ ਪਾਈਆਂ ਹੁੰਦੀਆਂ ਨੂੰ ਉਹ ਤੜਕੇ ਪਾਈਆਂ ਨੇ ਮੈਂ ਸੋਚ ਰਹੀ ਹਾਂ ਹੈਗੇ ਕਿ ਅਜੇ ਨਾ ਖਤਮ ਆ ਹੁਣ ਇਹ ਪੇਪਰਾਂ ਤੋਂ ਪੇਪਰਾਂ ਤੋਂ ਬਾਅਦ ਕਰੀਆਂ ਇਸ ਤੋਂ ਬਾਅਦ ਮੇਲਾ ਫਿਰ ਨਹੀਂ ਕਿਤੇ ਪੇਟੀ ਪੁੱਟੀ ਥੱਲੇ ਪੈ ਨਹੀਂ ਪਤੰਗ ਹੁਣ ਨਾ ਨਾ ਸਾਰੇ ਸਾਰੇ ਕਾੜ ਗਏ ਕਿ ਸਿੱਟ ਗਏ ਕੱਟੇ ਗਏ ਸਾਰੇ ਉਹ ਪਸੰਦ ਤੇ ਵੱਡੇ ਗਏ ਦੋ ਸਾਰੇ ਵੱਡੇ ਗਏ ਠੀਕ ਹੈ ਦੋਰ ਕਿਹੜੀ ਵਧੀਆ ਹੁੰਦੀ ਆ ਜਾਨੀ ਕਿ ਕਿਹੜੀ ਅੱਜ ਕੱਲ ਚੱਲਦੀ ਆ ਪਤੰਗਾਂ ਵਾਲੀ ਆ ਪਲਾਸਟਿਕ ਵਾਲੀ ਚੱਲਦੀ ਆ ਅੱਜ ਨੂੰ ਨਹੀਂ ਪੁੱਤ ਚਾਈਨਾ ਵਾਲੀ ਡੋਰ ਆ ਉਹ ਤਾਂ ਕਹਿੰਦੇ ਨਹੀਂ ਵਰਤੀਦੀ ਨਹੀਂ ਪਲਾਸਟਿਕ ਦੀ ਵੀ ਆ ਉਹ ਹੀ ਹੁੰਦੀ ਚਾਈਨਾ ਦੀ ਪਲਾਸਟਿਕ ਦੀ ਡੋਰ ਪੁੱਤ ਨਾ ਨਾ ਹਾਂ ਉਹ ਹੋਰ ਹੁੰਦੀ ਆ ਚਾਈਨਾ ਵਾਲੀ ਡੋਰ ਤੇ ਕੱਚ ਹੁੰਦਾ ਅੱਛਾ ਚਾਈਨਾ ਵਾਲੀ ਡੋਰ ਬੜੀ ਵਰਤੀ ਨਹੀਂ ਉਦੋਂ ਅੱਛਾ ਅੱਛਾ ਨਹੀਂ ਨਾਲੇ ਟੀਵੀਆਂ ਦੰਦੇ ਨੇ ਨਾ ਚਾਈਨਾ ਦੀ ਡੋਰ ਨਾ ਵਰਤੋ ਹੱਥ ਹੱਥ ਕਿਹੜੀ ਵੱਢਦੀ ਹੁੰਦੀ ਹੱਥ ਚਾਈਨਾ ਵਾਲੀ ਡੋਰ ਅੱਛਾ ਉਹ ਚਾਈਨਾ ਵਾਲੀ ਹੋਰ ਆ ਹੈ ਤੇ ਪਲਾਸਟਿਕ ਵਾਲੀ ਵੀ ਪੁੱਤ ਉਹ ਵੱਢੀ ਨਹੀਂ ਆਣੀ ਕਿਸੇ ਤੇ ਫੇਰ ਹੀ ਆਣੀ ਹੱਥ ਨਹੀਂ ਹੁੰਦੇ ਹੁੰਦੀ ਪਲਾਸਟਿਕ ਦੀ ਐ ਤੂੰ ਗੜੀ ਨੇ ਚੜਾਉਣਾ ਨਾ ਮੈਂ ਤਾਂ ਪਲਾਸਟਿਕ ਦਾ ਹੁਣ ਹੈ ਓਦੋਂ ਮੈਂ ਇੱਕ ਦੋ ਵਾਰ ਕੱਚ ਦੀ ਲਿਆ ਚਾਈਨਾ ਦੀ ਤੇ ਪੁੱਤੋ ਜੇ ਕਿਸੇ ਤੇ ਫਿਰ ਗਈ ਤੇ ਫਿਰ ਮੇਰਾ ਸਾਲਾ ਗਿਆ ਨਹੀਂ ਉਹ ਨਹੀਂ ਲਿਆਈ ਦੀ ਠੀਕ ਆ ਤਾਉ ਹਾਂ ਤਾਉ ਮੈਂ ਨਹੀਂ ਕਦੀ ਪਤੰਗ ਡਾਈਆ ਤੂੰ ਹੀ ਡਾਉਣਾ ਅਦਾਉ ਮੇਰੇ ਨਾਲ ਡਾਉਂਦਾ ਕਈ ਵਾਰ ਪਰ ਉਹਨੂੰ ਚੜਾਉਣੀ ਨਹੀਂ ਆਉਂਦੀ ਮੈਨੂੰ ਮੇਰਾ ਡਾਉਣੀ ਹੁੰਦੀ ਸੀ ਫਿਰ ਡਾਉਂ ਕਾ ਕੇ ਚੜਾ ਕੇ ਫੜਾ ਤੇ ਦਿੰਦਾ ਹਾਂ ਹਾਂ ਕੰਟਰੋਲ ਹੁੰਦੀ ਨਹੀਂ ਅਥਲ। ਪਰ ਦੋਂਦਾ ਤਾਂ ਹੈਗਾ ਹਨਾ। ਅੱਛਾ ਆ ਲੈ। ਸਿੱਧਾ ਸਿੱਧੇ ਪਤੰਗ ਹੁੰਦੇ ਉਹ ਤੇ ਉੜਦੀ ਆ। ਸਹੀ ਦੇਖੋ। ਹਾਂ। ਇਹੋ ਪਹਾੜੇ ਹੁੰਦੇ ਉਹ ਤੇ ਉਹ ਤੇ ਗੋਲ ਗੋਲ ਘੁੰਮ ਜਾਂਦੇ ਮੇਰੇ ਕੋਲੋਂ। ਤੇਰੇ ਕੋਲੋਂ ਅੱਛਾ ਤੇਰੇ ਕੋਲ ਤੈਨੂੰ ਨਹੀਂ ਪਤੰਗ ਦੀ ਟਿਕਾਉਣਾ ਆਉਂਦਾ ਦਿਨੋਂ ਹਨਾ। ਠੀਕ ਐ। ਚਲੋ ਹੁਣ ਇਹ ਦੱਸੋ ਕਿ ਤੈਨੂੰ ਤੂੰ ਮਸਕੂਲੇ ਖੇਡਦਾਗੇ ਨਾ। ਖੇਡਦਾ ਕੋਈ ਨਹੀਂ। ਬਾਸਲ ਬਾਅਦ ਜਾ ਕੇ ਉਦਾਂ ਹੀ। ਨਾਲੇ ਇੱਕਦਮ ਤੂੰ ਮੈਨੂੰ ਕਹਿੰਦਾ ਸੀ ਕਿ ਮੈਂ ਕਰਾਟੇ ਦੀ ਕਲਾਸ ਮੈਂ ਥੱਕ ਗਿਆ ਨਾ ਉਹਨਾਂ ਤੋਂ ਕਹਿੰਦਾ ਮੈਂ ਇਹ ਥੱਕਿਆ ਮੈਂ ਛੇਤੀ ਤੇ ਤੂੰ ਫਿਰ ਕੀ ਬਾਕੀ ਥੱਕਦਾ ਹੁੰ ਨਹੀਂ ਥੱਕਦਾ ਹੁੰਦਾ ਹੈ ਹੁਣ ਨਹੀਂ ਥੱਕਦਾ ਹੁੰਦਾ ਸਹੀ ਹੈ ਤੇ ਤੁਹਾਡੇ ਦੋਨਾਂ ਜੀ ਰੋਟੀਆਂ ਕੌਣ ਜ਼ਿਆਦੀਆਂ ਖਾਂਦਾ ਜੋ ਮੇਰੀ ਫੇਵਰਿਟ ਸਬਜ਼ੀ ਨੂੰ ਮੈਂ ਚਾਰ ਪੰਜ ਦੇ ਖਾ ਜਾਂਦਾ ਤੂੰ ਨਹੀਂ ਖਾਂਦਾ ਮੈਂ ਮੇਰੇ ਮਮਾ ਦਾਰੀਆਂ ਦਿੰਦੇ ਨਹੀਂ ਹੈ ਇਹ ਹੁਣ ਘਾਟ ਹੀ ਖਾਂਦਾ ਪਹਿਲੇ ਜਾਰੀਆਂ ਖਾਂਦਾ ਮੈਨਰੇ ਸẢਦੀਆਂ ਖਾਂਦੀ ਕੋਈ ਗੱਲ ਨਾ ਇੱਕ ਵਾਰ ਤੇ ਉੱਥੇ ਤੁਹਾਨੂੰ ਵੇਖ ਕੇ ਕੀ ਲੱਗਦਾ ਵੀ ਆਪਣੇ ਦੋਹਾਂ ਆਪਣੇ ਦੋਨੋਂ ਯੂਨਿਟਾਂ ਨਾਲ ਵੇਖੋ ਮੜਾ ਜਾ ਇਹਦਾ ਮੋਟਾ ਨਾਲੇ ਇਹਦਾ ਸੁੱਕੜਾ ਵੇ ਪਤਲੇ ਪਤਲੇ ਨੂੰ ਤਾਂ ਫਾਇਦਾ ਤੇਜ਼ ਭੱਜੀਦਾ ਹੈਂ ਤਾਂ ਮੈਂ ਮਿਲ ਤੂੰ ਦੱਸ ਪਹਿਲਾਂ ਤੂੰ ਦੱਸ ਪਤਲੇ ਹੋਣ ਦਾ ਫਾਇਦਾ ਦੱਸ ਮੈਨੂੰ ਪਹਿਲਾਂ ਭੱਜ ਜਾਂਦਾ ਅੱਛਾ ਤੇਜ਼ ਭੱਜ ਲੈਣਾ ਤੇ ਬਈ ਇਸ ਰੂਪਸ ਹੁੰਦੀ ਆ ਫਿਰ ਮੈਂ ਡਲ ਤਾਂ ਮੈਨੂੰ ਮਿਲਦੇ ਆ ਅੱਛਾ ਤੇਜ਼ ਭੱਜ ਕੇ ਇਹਦੀ ਸੈਕਿੰਡ ਜਾਂ ਫਰਸਟ ਹੁੰਦਾ ਅੱਛਾ ਤੂੰ ਉਹ ਹੁੰਦਾ ਭੱਜਣਾ ਪਹਿਲਾਂ ਤੇ ਨਾਲੇ ਛੇਤੀ ਥੱਕਦੇ ਵੀ ਨਹੀਂ ਆ ਅੱਛਾ ਇਹਦਾ ਪਤਲਾ ਤੂੰ ਦੱਸ ਤੂੰ ਮੋਟੇ ਹੋਣ ਦੇ ਫਾਇਦੇ ਦੱਸ ਦੇ ਕੋਈ ਨਹੀਂ ਹੁੰਦਾ ਨਹੀਂ ਨਹੀਂ ਤੂੰ ਦੱਸ ਦੇ ਉਹਦਾ ਫਾਇਦਾ ਵਾ ਜਿਹੜਾ ਜਿਹੜਾ ਮਾਦਾ ਉਹ ਕਿਸੇ ਦਾ ਇੱਕ ਛੱਡੋ ਹਟ ਗਿਆ ਅੱਛਾ ਜਿਹਨੇ ਜਿਹੜਾ ਮੋਟਾ ਵਾ ਭਾਰਾ ਬੰਦਾ ਉਹ ਫਿਰ ਜਿਹਨੇ ਕਿਸੇ ਦੇ ਇੱਕ ਵੀ ਖਿੱਚ ਕੇ ਮਾਰੂਗਾ ਤੇ ਅਗਲਾ ਹਟ ਜਾਂਦਾ ਹੈ ਸਕੂਲੇ ਮੈਂ ਨਹੀਂ ਮਾਦਾ ਫਿਰ ਵੀ ਨਹੀਂ ਬੱਚੇ ਹੱਦ ਦੇ ਤੇ ਫੇਰ ਕੀ ਫਾਇਦਾ ਤੂੰ ਇੰਨੀ ਮਾਰਦਾ ਵੀ ਤਾਂ ਵੀ ਨਹੀਂ ਹਟਦੇ ਇੰਨੀ ਇੰਨੀ ਮਾਰਦਾ ਹੋਣਾ ਫੇਰ 10 12 ਮਾਰਦਾ ਫੇਰ ਹੱਦ ਦੇ ਆ ਅੱਛਾ ਦਰਬਾਰਾ ਮਾਣ ਇਹ ਤੇ ਦੋ ਚਪੇੜਾ ਵਜਾਉਂਦੇ ਇੱਕ ਗੱਲ ਕਰੋ ਮੇਰੇ ਦਿਮਾਗੋਂ ਗੱਲ ਰੁਕ ਜੇ ਗਈ ਆ ਜਿੰਨੇ ਵੀ ਤੁਹਾਨੂੰ ਵੇਖਣ ਵਾਲੇ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਦੇ ਨੂੰ ਕੀ ਕਹਿਣਾ ਵਾ ਇੱਥੇ ਵੀ ਨਹੀਂ ਜਿਹੜੇ ਤੁਹਾਡੇ ਨਾਲ ਪਤੰਗ ਚੜਾਉਣ ਵਾਲੇ ਵੀ ਆ ਸਾਰਿਆਂ ਨੂੰ ਕੀ ਕਹਿਣਾ ਚਾਈਨਾ ਵਾਲੀ ਤੇ ਪਲਾਸਟਿਕ ਵਾਲੀ ਡੋਰ ਨਹੀਂ ਵਰਤਣੀ ਚਾਈਨਾ ਵਾਲੀ ਨਾ ਪ੍ਰਾਸੀਕ ਵਾਲੀ ਡੋਰ ਨਹੀਂ ਵਰਤਣੀ ਆ ਚਾਈਨਾ ਵਾਲੀ ਡੋਰ ਤੇ ਹੁੰਦਾ ਕੱਚ ਉਹ ਤੇ ਬਿਲਕੁਲ ਨਹੀਂ ਵਰਤਣੀ ਹਾਂ ਇਹ ਦਿਗੋ ਲੈ ਗਈ ਉਹ ਛੱਡ ਦਵੇ ਮਹਿੰਗੀ ਵਜੇ ਸਸਤੀ ਹਾਂ ਬਸ ਸਹੀ ਹੈ ਛੱਡ ਦਵੇ ਪਤਾ ਨਹੀਂ ਟੱਕਰ ਪਉ ਤੂੰ ਹੀ ਪਤੰਗ ਜਦੋਂ ਡਾਉਨੇ ਆ ਕਿਸੇ ਦੇ ਅੜਜੂ ਹੱਥ ਤੇ ਧੌਣ ਤੇ ਪੁੱਤੋ ਵੜ ਦੂਗੇ ਪਤੰਗ ਹੁੰਦਾ ਡਾਉਨ ਨੂੰ ਮਜ਼ੇ ਲੈਣ ਨੂੰ ਹਨਾ ਐਦਾਂ ਕਿਸੇ ਦੇ ਫਿਰ ਸੱਟ ਪੇਟ ਲੱਗ ਜਾਂਦੀ ਹੁੰਦੀ ਐ ਇਹ ਕੰਮ ਨਹੀਂ ਕਰਦੇ ਉਹ ਸੁਕਮੰਦੇ ਵੀ ਬੜੇ ਚੀਰੇ ਪੈਦੇ ਅਕੀਰੇ ਤੇ ਪੈਂਦੇ ਤਾ ਉਹ ਚੀਰੇ ਪੈਦੇ ਤਾ ਉਹ ਤਾਂ ਮੈਨੂੰ ਪਤਾ ਉਂਗਲਾਂ ਦੇ ਥੀਰੇ ਪੈ ਜਾਂਦੇ ਹੁੰਦੇ ਆ ਤਾ ਉਹ ਇੱਕ ਵਾਰੀ ਦੇਖੋ ਇੱਕ ਵਾਰੀ ਦੇ ਤਾ ਉਹ ਮੇਰੇ ਕਾਚੇ ਵਾਲਾ ਸੱਇਆ ਫੁਲਾਤਾ ਆ ਦੇਖੋ ਇਹਨੇ ਕੀ ਆਹ ਹੈਨਾ ਤੇਰੇ ਥੱਲੇ ਕਾਚੇ ਵਾਲਾ ਸੱਇਆ ਫੁਲਾਤਾ ਏ ਉਹ ਮੈਨੂੰ ਥੋੜੀ ਪਤਾ ਲਿਓ ਕਾਚੇ ਦਾ ਹਾਂ ਅੱਛਾ ਤੇਨੂੰ ਫਿਰ ਵੀ ਮੇਰੇ ਖੁਸ਼ ਨਹੀਂ ਆਈ ਨਾ ਚੱਲ ਹੁਣ ਅਗਲੀ ਗੱਲ ਦੱਸੋ ਮੈਨੂੰ ਤੇ ਫਿਲਮਾਂ ਵਧੀਆ ਵਾ ਕਿ YouTube ਵਧੀਆ ਵਾ ਫਿਲਮਾਂ ਹੈ ਫਿਲਮਾਂ ਵਧੀਆ ਫਿਲਮਾਂ ਵਧੀਆ ਨਹੀਂ ਨਹੀਂ ਚਲ ਓਕੇ ਨਹੀਂ ਨਹੀਂ ਮੈਂ ਵੇਖਦਾ ਹਾਂ ਨਾ ਤੁਸੀਂ YouTube ਵੀ ਵੇਖਦੇ ਰਹਿੰਨੇ ਘਰੇ TV ਤੇ ਤੇ ਉਹ ਨਹੀਂ ਹਾਂ ਹੁਣ ਤੇ ਹਮਣ ਕਾ Netflix ਦੇਖਦੇ ਆ ਹੁਣ Netflix ਦੇਖਦੇ ਆ ਅੱਜ ਕੱਲ ਓਕੇ ਸੁਖਮਨ ਨੇ ਤਾਂ ਪਹਿਲੇ ਤਾਂ ਬੈਰ TV ਉਹ ਤੇ ਕਿਵੇਂ ਸਵਿਚ ਹੁੰਦੇ ਸੀ ਤੈਨੂੰ ਕਿਹੜਾ ਸਮਝ ਲੱਗਦੇ ਮੈਨੂੰ ਲੱਗਦੀ ਫਿਰ ਦੇਖ ਲਈਆਂ ਸੁਣਾ ਕਿਹੜਾ ਅੱਛਾ ਦੇਖਣਾ ਜਾਂ ਸੁਣਾਣਾ ਕਰ ਨਾਲੇ ਤੁਸੀਂ ਇੰਗਲਿਸ਼ ਪੜ੍ਹਦੇਵੇਂ ਫਿਰ ਤੇ ਨਾਲੇ ਸਮਝ ਨਹੀਂ ਲੱਗਦੀ ਤੁਹਾਨੂੰ ਫਿਲਮਾਂ ਦੀ ਮੈਨੂੰ ਲੱਗਦੀ ਥੋੜੀ ਬਹੁਤੀ ਭਰੇਲੀ ਹੁੰਦੀ ਹਾਂ ਇੰਨੀ ਨਹੀਂ ਲੱਗਦੀ ਮੈਨੂੰ ਅੱਛਾ ਥੋੜੀ ਲੱਗਦੀ ਹੈ ਜੇ ਨਹੀਂ ਮੈਨੂੰ ਮੈਨੂੰ ਇੱਕ ਜਾਲੀ ਲੱਗਦੀ ਆ ਤੇ ਗਾਣੇ 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 ਸੁਣਦਾ ਕੌਣ ਕੌਣ ਸ਼ਕੀਰ ਆ ਮੈਨੂੰ ਤੈਨੂੰ ਕੀ ਸਿੰਗਰ ਕਿਹੜਾ ਪਸੰਦ ਆ ਆ ਸਿੱਧੂ ਮੂਸੇ ਵਾਲਾ ਤੇ ਉਸ ਤੋਂ ਇਲਾਵਾ ਅਸ਼ੋਭ ਚਾਹਬ ਹੋਰ ਵੀ ਆ ਹੈ ਮੈਨੂੰ ਤੂੰ ਹੀ ਦੱਸ ਦੇ ਕੋਈ ਮੈਨੂੰ ਆ ਹੋਰ ਤੇ ਗਾ ਚੱਲ ਤੂੰ ਦੱਸ ਜਦੋਂ ਮੂਸੇ ਵਾਲਾ ਹਾਂ ਤੇ ਇੱਕ ਹੋਰ ਆ ਤੇਰਾ ਫੇਵਰਿਟ ਮੈਨੂੰ ਪਤਾ ਹੈ ਕੌਣ ਜਸਮਾਨਾ ਕਦਨਾਲਾ ਕੀ ਕਹਿੰਦੇ ਮੈਨੂੰ ਨਾਲ ਏਪੀਟੀ ਲੋ ਏਪੀਟੀ ਲੋ ਮੈਂ ਓਕੇ ਮੈਨੂੰ ਵੀ ਹੋਈ ਕੌਣ ਆ ਉਹਦਾ ਚੱਲ ਤੂੰ ਉਦਾਂ ਹੀ ਕਹਿਤਾ ਏਪੀਟੀ ਲੋਦਾ ਕੋ ਗਾਣਾ ਸਣਾ ਤੂੰ ਉਹਦੀ ਰੀਸ ਚ ਕਹਿ ਤਾ ਵਾ ਤੈਨੂੰ ਪਤਾ ਨਹੀਂ ਉਦਾਂ ਹੀ ਕਹਿ ਤਾ ਦੂ ਉਦਾਂ ਹੀ ਕਹਿ ਤਾ ਵੇਖਿਆ ਉਹ ਨਾ ਪਹਿਲਾਂ ਮੈਂ ਸੁਣਿਆ ਸੀ ਏ ਪੀ ਢੋਲਾ ਤੂੰ ਸੁਣਿਆ ਹੈ ਇਹ ਉਹਦਾ ਕਿਹੜਾ ਗਾਣਾ ਵਧੀਆ ਏ ਪੀ ਢੋਲਾ ਦਾ ਉਹ ਜਿਹੜਾ ਆਇਆ ਨਹੀਂ ਦਿਲਨਾਂ ਵਾਲਾ ਨਹੀਂ ਉਹਦੇ ਲਾਗੇ ਮੜੇ ਉੱਧਰ ਨੂੰ ਮਾਈਕਲ ਨੂੰ ਹੋ ਗਏ ਪੁੱਤ ਉਹ ਮੈਂ ਸੁਣਿਆ ਹੋਇਆ ਕਿਹੜਾ ਉਹ ਵਾਲਾ ਦਿਲੋਂ ਵਾਲ ਹੈ ਨਹੀਂ ਨਹੀਂ ਉਹ ਉਹ ਉੱਥੇ ਰਹਿੰਦੇ ਮਿਡਲ ਦੇ ਵਿੱਚ ਕੋਈ ਨਹੀਂ ਨਹੀਂ ਪੁੱਤ ਉਹਨੂੰ ਸੈਂਟਰ 'ਚ ਹੀ ਰਹਿੰਦੇ ਬੱਸ ਬੱਸ ਬਾਹਰ ਨਹੀਂ ਲਾਉਣਾ ਅੱਛਾ ਤੂੰ ਸੁਣਾ ਏ ਪੀ ਢੋਲਾ ਦਾ ਗਾਣਾ ਫਿਟ ਲਵਾ ਹਾਂ ਮੇਰੇ ਦੇ ਲਾ ਨਾ ਲਾਰੇ ਨਹੀਂ ਤੇ ਲਾਉਣ ਵਾਲੀਏ ਦਿਲ ਤੇਰਾ ਜਦੋਂ ਟੁੱਟੂਗਾ ਤੇ ਪਤਾ ਲੱਗੂਗਾ ਮੈਨੂੰ ਮੈਂ ਪਹਿਲਾਂ ਆ ਗਾਣਾ ਸੁਣਿਆ ਮੈਨੂੰ ਵਧੀਆ ਲੱਗਿਆ ਹਨਾ ਇਹ ਕਹਿੰਨਾ ਮੈਂ ਵੀ ਸੁਣਨਾ ਮੈਂ ਵੀ ਸੁਣਨਾ ਚਾਰ ਪੰਜ ਦਿਨਾਂ ਬਾਅਦ ਇਹਨੇ ਸੁਣਿਆ ਮਤਲਬ ਪਹਿਲਾਂ ਮੈਂ ਹੀ ਸੁਣਿਆ ਹਨਾ ਹਾਂ ਇਹ ਫਿਰ ਇਹਨੇ ਪੁੱਛ ਕਹਿਤਾ ਅੱਛਾ ਇਹਨੇ ਉਦਾਂ ਬੱਜ ਤੈਨੂੰ ਵਧੀਆ ਲੱਗਾ ਹੈ ਤੇ ਸਿੱਧੂ ਮੂਸੇ ਵਾਲੇ ਦਾ ਗਾਣਾ ਪਸੰਦ ਆ ਆ 295 ਮੈਂ ਸੁਣਦਾ ਮੇਰੀ ਮਾਂ ਮੇਰਾ ਰੱਬ ਉਹ ਓਕੇ ਤੇ ਦੀ ਲਾਸਟ ਰਾਈਡ ਦਾ ਲਾਸਟ ਰਾਈਡ ਹੈ ਮਨੂ ਵਾਲੇ ਪਿੰਨਾ ਹੁੰਦਾ ਸੀ ਉਹਦੇ ਹੈਗਿਆ ਦੇ ਸਾਰੇ ਗਾਣੇ ਵਧੀਆ ਤਾਉ ਹਾਂ ਤਾਉ ਵਾਲੇ ਮੈਨੂੰ ਪਿੰਨਾ ਸੁਣਾਉਣਾ ਹੁੰਦਾ ਸੀ ਹੁਣ ਮੈਂ ਭੁੱਲ ਗਿਆ ਉਹ ਗਾਣਾ ਕਿਹੜਾ ਸੀ ਨਹੀਂ ਯਾਦ ਤੈਨੂੰ ਸਿੱਧੂ ਮੂਸੇ ਵਾਲਾ ਆਹ ਉਹਦਾ ਸਿੱਧੂ ਮੂਸੇ ਵਾਲਾ ਕੋਈ ਗਾਣਾ ਨਹੀਂ ਯਾਦ ਤੈਨੂੰ ਹੂੰ ਪਿੰਨਾ ਨਾਲ ਬਹੁਤ ਬੋਲਦਾ ਸੀ ਉਹ ਲਗਾਣੇ ਕੌਣ ਕਾਸਤੂ ਚੰਗਾ ਭਲਾ ਹਸਲੇ ਨੋਨ ਕਾਸਤੂ ਆ ਜਿਹੜਾ ਤੇਰੇ ਵਾਜੇ ਵਿੱਚ ਬੋੜ ਚੱਕੀ ਖੜਿਆ ਮੈਂ ਚੰਗੀ ਤਰਾ ਜਾਣਦਾ ਕੌਣ ਕਾਸਤੂ ਕੁਛ ਐਵੇਂ ਚਾਂਦੀ ਚਮਕਾਉਂ ਚੰਦ ਨੇ ਕੁਛ ਤੇਨੁ ਫਾਤ ਲੈ ਲੋਣਾ ਚੰਦ ਨੇ ਕੁਛ ਕਰੇ ਆਏ ਧੁੱਪ ਕੇ ਫੇਮਦੇ ਲੱਗ ਤੇਰੇ ਅੱਗੇ ਉਹਨਾ ਚੰਦ ਨੇ ਮੂਸੀ ਮੈਂ ਮੱਦਾ ਦੇ ਪੈਂਦੀ ਰਹਦੀ ਐ ਦਬੀ ਨਾਲ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜਾ ਸਿਰ ਤੂ ਤੋੜਿਆ ਆਈ ਤੇ ਬਦਲਾ ਮੈਨੂੰ ਮਿਲੂਗੀ ਦਿੱਤ ਘੰਟਰਾ ਵਸੀ ਕਰੇ ਮਿਲੂਗੀ ਪਰ ਮਾਵੇ ਨਾਮ ਤੇਰ ਵੇਡ ਮਿਲੂਗੀ ਸੱਚ ਬੋਲੇਗਾ ਤਮ ਨੂੰ ਤੋੜੂਗਾ ਮੈਂ ਜਗ ਰੇਗਾ ਵੇਡ ਮਿਲੂਗੀ ਅੱਜ ਕਈ ਵਿਚੋਂ ਸਭਿਆ ਚਾਰ ਲੁੱਟ ਕੇ ਜੜਾ ਖੜਾ ਦਿੰਦਾ ਏ ਵਿਚਾਲ ਉੱਠ ਕੇ ਹਾਂ ਇੰਨਾ ਹੀ ਹੁੰਦਾ ਮੈਨੂੰ ਬਸ ਇੰਨਾ ਹੀ ਹੁੰਦਾ ਹਾਂ ਸਾਲ ਸਹੀ ਆ ਬਾ ਵਧੀਆ ਸਦੂ ਮਸਿਆੜਾ ਵੀ ਹੁਣ ਤਾਉ ਹਾਂ ਤਾਉ ਜਦੋਂ ਜਦੋਂ ਤੁਮ ਮਨ ਬੋਲਦਾ ਰਹੋ ਉਹਦੇ ਵਿੱਚ ਤੇ ਆ ਗਿਆ ਹੂੰ ਜਦੋਂ ਗਾਈਏ ਹੌਲੇ ਉਹ ਜਦੋਂ ਸਟਾਰਟਿੰਗ ਵਰ ਨਹੀਂ ਹੁੰਦਾ ਮੈਨੂੰ ਜਦੋਂ ਸਟਾਰਟ ਹੋ ਜੇ ਬਾਅਦ ਚ ਆ ਜਾਂਦਾ ਹਨਾ ਬਾਅਦ ਆ ਦਿੰਦਾ ਓਕੇ ਓਕੇ ਤਾਉ ਹਾਂ ਤਾਉ ਮੈਨੂੰ ਮੇਨੂੰ ਤਾਉ ਹੁੰਦਾ ਨਹੀਂ ਸੁਕ ਮਨ ਦੇ ਪਿੱਛੇ ਪਿੱਛੇ ਬੋਲੀ ਦਿੰਦਾ ਪਿਆ ਸੀ ਚੱਲ ਸਹੀ ਹੈ ਕੋਈ ਨਾ ਫਿਰ ਤੇ ਤੁਹਾਡੇ ਤੋਂ ਹੁਣ ਜਨ ਕਿ ਜਦੋਂ ਲੜਾਈ ਹੁੰਦੀ ਹੈ 76 ਕਿਹਦੇ ਵੱਜ ਜਾਂਦੇ ਨੇ ਤੇ ਆਪਸ ਜਦੋਂ ਲੜਦੇ ਜਿੱਤਦਾ ਕੌਣ ਹੁੰਦਾ ਤੁਹਾਡੇ ਦੋਨਾਂ ਜੋ ਮੈਂ ਜਿੱਤਦਾ ਹੈਂ ਮੈਂ ਜਿੱਤਦਾ ਮੈਂ ਜਿੱਤਦਾ ਉਹ ਤੂੰ ਦੇਖੇ ਨਾ ਮੈਂ ਜਿੱਤਿਆ ਹੀ ਲੈ ਇਹ ਤਾਂ ਯਾਰ ਹੁਣ ਏਦਾਂ ਆ ਗਿਆ ਬਾਲੇ ਮੰਨਿਆ ਹੀ ਨਹੀਂ ਤਾ ਉਹ ਦੇਖੋ ਹੁਣ ਹੁਣ ਤੂੰ ਅੱਛਾ ਜੇ ਆਪ ਹੁਣੇ ਮੈਚ ਕਰਾ ਦਈਏ ਫਿਰ ਹੈ ਨਹੀਂ ਹੁਣੇ ਮੈਚ ਨਹੀਂ ਪੁੱਤਾ ਪਾ ਨਹੀਂ ਮੈਂ ਉਹਦਾ ਤਾ ਉਹ ਪਹਿਲਾਂ ਸ਼ੁਰੂ ਕਰਦਾ ਪਰ ਸ਼ਿੱਤਰ ਮੇਰੇ ਪੈਂਦੇ ਆ ਸ਼ੁਰੂ ਆ ਕਰਦਾ ਪਹਿਲਾਂ ਓਕੇ 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 ਨਹੀਂ ਜ਼ਿਆਦਾ ਡਰ ਕੇ ਤੋਂ ਲੱਗਦਾ ਮਮੀ ਤੋਂ ਕਿ ਨਹੀਂ ਨਹੀਂ ਪਾਪਾ ਕੋਲੋਂ ਲੱਗਦਾ ਤੈਨੂੰ ਪਾਪਾ ਕੋਲੋਂ ਤੈਨੂੰ ਓਏ ਮੈਨੂੰ ਦੋਆ ਕੋਲੋਂ ਤੈਨੂੰ ਮਮਾ ਕੋਲੋਂ ਨਹੀਂ ਮੈਨੂੰ ਮਮਾ ਕੋਲੋਂ ਦੇਖ ਉਹ ਇੱਕ 10 ਇੱਕ ਜਿਆਦਾ ਕਿਹਦੇ ਤੋਂ ਲੱਗਦਾ ਮਮਾ ਕੋਲੋਂ ਡਰ ਲੱਗਦਾ ਬਸ ਤੈਨੂੰ ਜਿਆਦਾ ਮਮਾ ਕੋਲੋਂ ਪਾਪਾ ਪਾਪਾ ਕੋਣੇ ਹਨ ਤੇ ਤੈਨੂੰ ਤੈਨੂੰ ਪਾਪਾ ਕੋਲੋਂ ਤੇ ਦਾਦੀ ਕੋਲੋਂ ਕਿਹਨਾਂ ਡਰ ਲੱਗਦਾ ਦਾਦੀ ਕੋਲੋਂ ਦਾਦੀ ਦੇ ਕੋਦਦੇ ਨਹੀਂ ਆ ਦਾਦੀ ਕੋਦਦੇ ਹੀ ਨਹੀਂ ਹੈ ਸਹੀ ਹੈ ਦਾਦੀ ਕੋਲੋਂ ਦਾਦੀ ਜਾਰੇ ਤੋਂ ਆ ਜੀ ਦਾਦੀ ਕੋਲੋਂ ਲੱਗ ਮੈਂ ਜਾਂਦੇ ਅੱਛਾ ਜਦੋਂ ਛੇਤਰ ਪੈਂਦੀ ਉਹ ਤਾਂ ਦਾਦੀ ਕੋਲੋਂ ਵੜ ਜਾਣਾ ਹੈ ਤੇ ਦਾਦੀ ਦਾਦੀ ਬਿਜਾਲੀ ਨਹੀਂ ਹੁੰਦੀ ਹਾਂਜੀ ਉਹ ਕਿਦਾਂ ਬਿਜਾਲੀ ਨਹੀਂ ਦਾਦੀ ਉਹ ਹੀ ਦਾਦੀ ਦੇ ਪਿੱਛੇ ਆ ਕੇ ਲੋਕ ਜਾਂਦੇ ਅੱਛਾ ਇਹ ਬੱਤੀ ਜਾਣਾ ਕਦੀ ਨਹੀਂ ਬਦਲਦਿਆ ਸੋ ਇਹ ਇਦਾਂ ਹੀ ਆ ਐਨੀਵੇ ਹੋਰ ਗੱਲ ਦਾ ਹੋਰ ਦਸਣਾ ਕੋਈ ਗੱਲ ਬਾਤ ਹੋਰ ਤਾਂ ਅਸੀਂ ਛਾੜੇ ਕਰ ਉੱਠਨਾ ਸਪੀਂਡਰ ਸੀ ਕਰਦੇ ਕਰਦੇ ਕੀ ਸੀ ਵੀਡੀਓ ਬਣਾਉਂਦੇ ਸੀ ਸਪੀਂਡਰ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਵੀਡੀਓ ਇੰਨਾ ਤੂੰ ਟ੍ਰੈਵਲ ਕਿੱਦਾਂ ਕਰ ਲੈਂਦੇ ਆ ਇੱਡੀ ਚਾਹੀਦੀ ਤਾਂ ਉਹ ਟ੍ਰੈਵਲ ਕਰਨ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਤਿੰਨ ਤਿੰਨ ਕੀ ਇੱਕ ਹੁੰਦੀ ਆ ਪੈਸਾ ਹਨਾ ਪਟਿਕਟਾ ਲਵਾਂਗੇ ਤਾਂ ਹੀ ਜਾਵਾਂਗੇ ਨਾ ਤੇ ਦੂਜਾ ਟਾਈਮ ਟਾਈਮ ਵੀ ਚਾਹੀਦਾ ਹੁੰਦਾ ਨਹੀਂ ਜਸ ਜਾਣੀ ਪਾਉਗੇ ਇੱਕ ਜਾਣ ਨੂੰ ਬੰਦੇ ਦਾ ਜੀ ਵੀ ਕਰੇ ਸ਼ੌਂਕ ਵੀ ਨਹੀਂ ਉਹ ਤਾਂ ਪੁੱਤ ਗੱਡੀ ਦੇ ਪੈਸੇ ਨਾ ਆ ਜਾਂਦੀ ਕਹਤਾ ਨਾ ਪੈਸਾ ਚਾਹੀਦਾ ਸੋ ਇਹ ਤਿੰਨਾਂ ਚੀਜ਼ਾਂ ਨਾਲ ਕੋ ਮੈਂ ਜਾਂਦਾ ਤੇ ਚੱਲ ਬਹੁਤਾ ਨਹੀਂ ਤੇਰੇ ਤਾਊ ਕੋ ਪੈਸਾ ਪਰ ਉੱਥੇ ਜਦੋਂ ਮੈਂ ਕੰਮ ਕਰਦਾ ਉਦੋਂ ਆ ਜਾਂਦੇ ਆ ਹੈ ਉਹ ਮੇਰੇ ਗੱਲ ਦਾ ਅਨਸਰ ਦੋ ਹਾਂ ਉੱਤਰ ਦੋ ਤਾ ਉਸ ਤੇ ਦਸ ਪੈਨੇ ਉਹ ਤੁਸੀਂ ਲੈ ਪੈਨ ਨਾ ਆਪਣੇ ਕਰੇ ਬ੍ਰਿਓ ਮਨੋਂ ਦੇਣਾ ਕਦੀ ਕਦੀ ਹੈ ਪੁੱਤ ਮੈਂ ਘਰੇ ਬਹੁਤ ਘਾਟੇ ਬਣਾਉਣਾ ਨਾ ਵੀਡੀਓ ਮਤਲਬ ਪਰ ਕਿਉਂ ਕਰੇ ਕਿਉਂ ਨਹੀਂ ਬਣਾਉਂਦੇ ਘਰੇ ਕਿਉਂ ਘਟੇ ਬਣਾਉਂਦੇ ਪੁੱਤੋ ਜਿਹੜੀਆਂ ਚੀਜ਼ਾਂ ਹੁਣ ਆਪਾਂ ਰੋਜ਼ ਦੀ ਰੋਜ਼ ਥੋੜੀ ਆਪਣੀ ਦਿਖਾਈ ਜਾਈ ਦਿੰਦੀ ਹੈ ਇਹ ਹੀ ਤੇਰੇ ਤਾਊ ਦਾ ਸਿਆਪਾ ਵਾਦੇ ਹੈ ਹਾਂ ਹੁਣ ਰੋਜ਼ ਮੈਂ ਉੱਠ ਕੇ ਤੈਨੂੰ ਕਿ ਮੈਂ ਰੋਜ਼ ਉੱਠ ਕੇ ਇਹ ਬੋਲੀ ਜਾਇਆ ਕਰਾਂ ਉਹ ਗੁੱਡ ਮਾਰਨਿੰਗ ਜੀ ਅੱਜ ਆ ਕਰਨਾ ਜੋ ਕਰਨਾ ਤਉਹ ਦਿੱਲੇ ਤੁਹਾਨੂੰ ਕਹਿ ਨਹੀਂ ਚੰਗੇ ਆਪਾਂ ਰੋਜ਼ ਰੋਜ਼ ਥੋੜੀ ਹੁਣ ਗੱਲ ਆਪਾਂ ਕਰੀਵਾਂਗੇ ਜ਼ਰੂਰੀ ਗੱਲ ਆ ਤਾਂ ਆਪਾਂ ਤਾਂ ਹੀ ਕਰੀਦੀ ਆ ਤਾਉ ਹਾਂ ਤਾਉ ਤਉ ਦੇ ਦੇ ਅਸੀਂ ਜ਼ਰੂਰੀ ਗੱਲ ਕਰਦੇ ਫੇੜੀਆ ਸੀ ਕਰ ਸਕਦੇ ਜਸਟ ਨਹੀਂ ਕਰਦੇ ਫੇ ਅਸੀਂ ਨਹੀਂ ਕਰਨੀ ਹਾਂ ਬਸ ਉਹ ਰੋਜ਼ ਰੋਜ਼ ਜ਼ਰੂਰੀ ਗੱਲ ਨਹੀਂ ਨਾ ਹੁੰਦੀ ਫਿਰ ਆਪਾਂ ਰੋਜ਼ ਦੀ ਰੋਜ਼ ਰਿਕਾਰਡ ਥੋੜੀ ਕਰੀ ਜਾਣਾ ਨਾਲੇ ਤੂੰ ਐਡੀਟਿੰਗ ਕਰਨ ਨੂੰ ਕਿੰਨਾ ਕ ਟਾਈਮ ਲੱਗਦਾ ਹੋਊਗਾ ਐਡੀਟਿੰਗ ਕਰਨ ਨੂੰ ਪੁੱਤੋ ਯਾਰ ਕਿੰਨੇ ਟਾਈਮ ਲੱਗਦੇ ਹੀ ਹੋਗੇ ਹਾਂ ਜਦੋਂ ਲੰਮੀ ਵੀਡੀਓ ਹੁੰਦੀ ਹੈ ਨਾ ਉਦੋਂ ਜ਼ਿਆਦਾ ਟਾਈਮ ਲੱਗਦਾ ਹੁੰਦਾ ਵਾ ਜਦੋਂ ਜਰੂਰ ਜਰੂਰ ਦੇਖਣ ਤੇ ਵੀਡੀਓ ਇਦਾਂ ਤਾਂ ਉਹ ਇੱਧਰ ਦੇਖੋ ਜਰੂਰ ਇੱਕ ਇਹਣਾ ਬੋਲੀ ਦਾ ਪੁੱਤ ਪਹਿਲੇ ਇੱਕ ਦਾ ਗੱਲ ਕੰਪਲੀਟ ਕਰ ਗੱਲ ਨਹੀਂ ਟੋਕੀ ਦੀ ਤਾਂ ਉਹ ਦੇਖੋ ਜਰੂਰ ਜਰੂਰ ਆਸੀ ਛੋਟੀ ਵੀਡੀਓ ਬਣਾਉਂਦੇ ਉਹਦੋਂ ਨੂੰ ਘੱਟ ਟਾਈਮ ਲੱਗਦਾ ਅਸੀਂ ਵੱਡੀ ਵੀਡੀਓ ਬਣਾਉਂਦੇ ਉਹਦੋਂ ਸਾਨੂੰ ਜ਼ਿਆਦਾ ਟਾਈਮ ਲੱਗਦਾ ਹਾਂ ਹਾਂ ਇਦਾਂ ਕਿਉਂ ਵੀਡੀਓ ਬਣਾਇਆ ਕਰਨੀਆਂ ਕਿੰਨੇ ਮੈਂ ਤੋਂ ਵਾ ਨੇ ਨਹੀਂ ਨਹੀਂ ਕਹਦੇ ਤੇ ਵੀਡੀਓ ਬਣਾਇਆ ਕਰਨੀਆਂ ਨਹੀਂ ਨਹੀਂ ਕਿਸ ਬਾਰੇ ਵੀਡੀਓ ਬਣਾਉਣੀ ਆ ਤੁਸੀਂ ਕੀ ਕੀ ਬਣਾਉਣਾ ਵੀਡੀਓ ਚ ਕੀ ਹੋਊਗਾ ਤਾਂ ਵੀ ਆਪਣੇ ਸਕੂਲ ਬਾਰੇ ਸਕੂਲ ਬਾਰੇ ਤੇ ਰੋ ਜਿ ਮੋ ਜੇ ਰੋ ਜ ਬਣਾਉਂਗੇ ਫਿਰ ਕੀ ਬਣਾਉਂਦਾ ਫਾਇਦਾ ਹਾਂ ਨਾਲ ਮਾਈ ਸੈਲਫ ਇਦਾਂ ਵੀ ਹੋਈ ਸਕਦਾ ਮਾਈ ਸੈਲਫ ਕੀ ਕਰਨਾ ਤੂੰ ਕੀ ਕਹਿਣਾ ਮਾਈ ਸੈਲਫ ਚ ਕਹਾਂਗੇ ਸ਼ਬਦ ਦੇਗਾ ਫੇਵਰਿਟ ਫਰੂਟ ਉਹਦੇ ਬਾਰੇ ਗੱਲ ਕਰਨੀ ਕੀ ਫਰੂਟ ਆ ਤੋਰੇ ਆ ਕਲਕਤਾ ਵੀ ਆ ਬੋਤ ਬਹਿ ਕੇ ਗੱਲਾਂ ਕਰੀ ਦੀ ਤਾਂ ਟਿੱਕੇ ਅੱਛਾ ਨਹੀਂ ਕੀ ਫੇਵਰੇਟ ਫਰੂਟ ਆ ਪਤਾ ਨਹੀਂ ਕੈ ਲੱਗਿਆ ਫੇਵਰੇਟ ਫਰੂਟ ਮੈਂ ਕਿਹਦਾ ਲੱਗਿਆ ਹੈ ਮੈਂ ਤੁਹਾਨੂੰ ਇੱਕ ਗੱਲ ਦੱਸੋ ਵੀਡੀਓ ਬਣਾਉਣ ਦਾ ਕਿਉਂ ਸੋਚਦੇ ਆ ਕੀ ਵਧੀਆ ਲੱਗਦਾ ਕਿਉਂ ਪਤਾ ਵਧੀਆ ਤਾਂ ਲੱਗਦਾ ਤੁਸੀਂ ਉਹ ਵੇਖਦੇ ਰਹਿੰਦੇ YouTube ਉੱਚੇ ਤੁਸੀਂ ਵੇਖਦੇ ਨਾ ਸਾਰੇ ਦੁਨੀਆ ਵੀਡੀਓ ਬਣਾਈ ਜਾਂਦੀ ਰਹਿੰਦੀ ਤੁਹਾਨੂੰ ਤਾਂ ਲੱਗਦਾ ਹੋਣਾ ਹੈ ਤੇ ਉਹ ਚ ਕੀ ਚੰਗਾ ਲੱਗਦਾ ساری ਦੁਨੀਆ ਵੀਡੀਓ ਬਣਾਈ ਦੰਦੀ ਆਸੀਂ ਬਣਾਉਂਦੇ ਨਹੀਂ ਆ ਹੈਂ ਨਹੀਂ ਨਿਆਣੇ ਤਾਂ ਤੇ ਬਹੁਤ ਸਾਰੇ ਜੋ ਇਹ ਥੋੜੀ ਹੁਣ ਸਾਰੇ ਖੂਜ ਛਾਲਾ ਮਾਰਨ ਲੱਪਣਗੇ ਤੁਸੀਂ ਵੀ ਮਾਰਨੀਆਂ ਵਾ ਸਾਰਿਆਂ ਪਿੱਛੇ ਲੱਗ ਕੇ ਆਹ ਤਾਂ ਫਿਰ ਉਹ ਕੰਮ ਕੰਮ ਕੋਈ ਤਾਂ ਹੀ ਕਰੀਦਾ ਹੁੰਦਾ ਜੇ ਕੋਈ ਚੰਗਾ ਵੀ ਲੱਗੇ ਤਾਂ ਕੰਮ ਕਰੀਦਾ ਵਾ ਹੈ ਬਣਾ ਲਿਓ ਵੀਡੀਓ ਵੀ ਪਰ ਜੇ ਕੋਈ ਪਾਈ ਓਏ ਫੁਕਾ ਨਹੀਂ ਮਾਰਨੀਆਂ ਵਿੱਚ ਆਹੋ ਇਦਾਂ ਨਹੀਂ ਕਰਨਾ ਉਹ ਤੇ ਅੱਛਾ ਜੀ ਇਹ ਤਾਂ ਉਹ ਆ ਕਰਦਾ ਹੈ ਜਿਹਦਾ ਆ ਕਰਦਾ ਪਿਆ ਸੀ ਹੁਣ ਹਣਾ ਹਾਂ ਐਦਾ ਫੁਕਾ ਹੀ ਨਾ ਨਾ ਇਹ ਦਾਨੀ ਕਰੀਦਾ ਇਹਨੂੰ ਹੁਣ ਮੈਂ ਫਿਰ ਸਵੇਲਾ ਵੀਡੀਓ ਸਾਰਿਆਂ ਸਾਹਮਣੇ ਕਹਿ ਦੇਣਾ ਇਹਨੂੰ ਮਕਲ ਹੈ ਨਹੀਂਗੀ ਫਿਰ ਚੰਗਾ ਰਵੇਗਾ ਨਾ ਬਸ ਫਿਰ ਟੇਕੇ ਬਹਿ ਮੈਂ ਅੱਗੇ ਅੱਗੇ ਮੈਂ ਕਹਿ ਘੜਿਆ ਵੀ ਇਹ ਬੰਦਾ ਬਹੁਤ ਸਿਆਣਾ ਵਾ ਜਦੋਂ ਤੂੰ ਆਜੇ ਆਇਆ ਨਹੀਂ ਉਦੋਂ ਮੈਂ ਸਾਰਿਆਂ ਨੂੰ ਕਹਿਤਾ ਸੀ ਵੀ ਇਹ ਦੋਵੇਂ ਮੁੰਡੇ ਆ ਦੋਵੇਂ ਬੜੇ ਸਿਆਣੇ ਆ ਟੇਕੇ ਬੈਂਦੇ ਗੱਲ ਕਰਦੇ ਮੈਂ ਤਾਂ ਹੀ ਲੱਗਾ ਵੀਡੀਓ ਇਹਨਾਂ ਨਾਲ ਕਰਨਾ ਹਾਂ ਦਿਸ ਰੋਸ ਹੀ ਨਹੀਂ ਸੀ ਤੇ ਉਦੋਂ ਤੁਸੀਂ ਨਹੀਂ ਸੀ ਉਦੋਂ ਮੈਂ ਪਹਿਲਾਂ ਹੀ ਬੋਲ ਕੇ ਦੱਸਤਾ ਸੀ ਹਾਂ ਠੀਕ ਹੈ ਤੇ ਅਗਲੀ ਗੱਲ ਹੁਣ ਵੀ YouTube ਤੇ ਕਿੰਨੋਂ ਵੈਨ ਨੇ ਹੁੰਦੇ ਆ ਜਿਵੇਂ ਕਿ ਵਲੌਗਸ ਹੀ ਬਣਦੇ ਹੁੰਦੇ ਆ ਬਲੌਗਸ ਬਲੌਗਸ ਦੇਖਦੇ ਆਸੀਂ ਕਿਹਦੇ ਕਿਹਦੇ ਉਹਦਾ ਨਾਮ ਕੀ ਹੈ ਜਿਹਦੇ ਵਲੌਗਸ ਦੇਖਦੇ ਆ ਆ ਜਿਹੜੇ ਸਰਵਜੋਸ਼ੀ ਉਹ ਉਹ ਕਹਦੀਆਂ ਵੀਡੀਓ ਪਾਉਂਦਾ ਕੀ ਵੀਡੀਓ ਪਾਉਂਦਾ ਆਹ ਪਤਾ ਨਹੀਂ ਉਹ ਜਿਹੜਾ ਕਿ ਘੁੰਮਣ ਫਿਰਨ ਦੀ ਵੀਡੀਓ ਪਾਉਂਦਾ ਹੁੰਦਾ ਆਪਣੇ ਘਰ ਦੇ ਬਾਰੇ ਏ ਇਦਾਂ ਓਕੇ ਓਕੇ ਕਿਤੇ ਨਹੀਂ ਉਹ ਤਾਂ ਫਿਰ ਘਰ ਦੀਆਂ ਹੀ ਵੀਡੀਓ ਪਾਈ ਜਾਂਦਾ ਘਰ ਦੀਆਂ ਨਹੀਂ ਘੁੰਮਣ ਫਿਰਨ ਦੀ ਵੀਡੀਓ ਘੁੰਮਣ ਫਿਰਨ ਕਿੱਥੇ ਜਾਂਦਾ ਘੁੰਮਣ ਫਿਰਨੋਂ ਉਹ ਕਦੀ ਪਤਾ ਨਹੀਂ ਕਿੱਥੇ ਅਗਲੇ ਪਤਾ ਨਹੀਂ ਕਿਹੜੇ ਕਿਹੜੇ ਸਾਲ ਜਾਂਦਾ ਉਧਰ ਨੂੰ ਮਾਈਕਲ ਨੂੰ ਜਾਂਦਾ ਹੈ ਕਦੇ ਉਹ ਪਤਾ ਨਹੀਂ ਵਿਆਹ ਜਾਂਦਾ ਕਦੀ ਕੋਈ ਹੋਰ ਕੋਈ ਜਾ ਕੇ ਤੇ ਘੁੰਮਣ ਜਾਂਦਾ ਕਦੀ ਬਾਗ਼ੀ ਕਰਨ ਜਾਂਦਾ ਐਦਾਂ ਹੀ ਆ ਉਹ ਤਾਂ ਫਿਰ ਬੁੱਤ ਬਕਵਾਸ ਹੋਈ ਨਾ ਫਿਰ ਹੈ ਉਹ ਕੋਮਨ ਉਹ ਨਾ ਦੇਖਦਾ ਗੰਦੀ ਚੀਜ਼ਾਂ ਇਹ ਵੇਖਦਾ ਹੀ ਆ ਹੈ ਮੈਂ ਕਿਦਾਂ ਉਹ ਵੀ ਦੇਖਦਾ ਨਾਲ ਕੀ ਦੇਖਦਾ ਮੈਂ ਇਹ ਭੂਤਾਂ ਵਾਲੇ ਇਹ ਭੂਤਾਂ ਵਾਲੇ ਵੇਂਦਾ ਕਾਦੋ ਹਲ ਮੈਂ ਵੀ ਬੁੱਤਾਲੇ ਦੇਖੇ ਹੀ ਮੇਰੇ ਕੋਲ ਡਰ ਲੱਗ ਗਿਆ ਉਹਦਾ ਡਰਦਾ ਹੁੰਦਾ ਤੁਹਾਡੇ ਜ ਕੋਈ ਨਾ ਮੈਂ ਦਵਾਦੂ ਵਾਰ ਦੋ ਤਿੰਨ ਵਾਰ ਚੱਲ ਇਹ ਗੋਲੀ ਮਾਰੋ ਹੁਣ ਇਹ ਦੱਸੋ ਬਾਰ ਬਾਰ ਕੋ ਜਾਣਾ ਚਾਹੁੰਦਾ ਤੁਹਾਡੇ ਤੋਂ ਮੈਂ ਜਾਣਾ ਚਾਹੁੰਦਾ ਸਪੇਨ ਜਾਣਾ ਚਾਹੁੰਦਾ ਮੈਂ ਕੈਨੇਡਾ ਤੂੰ ਕੈਨੇਡਾ ਤੇ ਉਹ ਸਪੇਨ ਹੈ ਤੇ ਪਹਿਲਾਂ ਦੀਵਾਨ ਨੂੰ ਨਕਲ ਜਾਣਾ ਚਾਹੁੰਦਾ ਮੈਂ ਅੱਛਾ ਤੂੰ ਅੱਛਾ ਉਦਾ ਤਾਂ ਜਾਣਾ ਚਾਹੁੰਦਾ ਇਹ ਆਪਣੇ मामੂ ਕੋਲ ਤੂੰ ਆਪਣੇ मामੂ ਕੋਲ ਠੀਕ ਹੈ ਤੇ ਕੈਨੇਡਾ ਵੇਖਿਆ ਵਾ ਵੀਡੀਓes ਤੇ ਕਦੀ ਨਾ ਤੂੰ ਨਹੀਂ ਤੇ ਫਿਰ ਤੂੰ ਤੈਨੂੰ ਕਿਦਾਂ ਪਤਾ ਵੀ ਲੱਗੂਗਾ ਤੈਨੂੰ ਵੀ ਕੈਨੇਡਾ ਸੋਹਣਾ ਵਾ ਜਾਂ ਮਾੜਾ ਵਾ ਉਹਥੇ ਜੇ ਮੈਂ ਜਾਊਂਗਾ ਮਾਮੂ ਕੋਲੇ ਫਿਰ ਉਹ ਮਨ ਨੂੰ ਕੁ ਮਾਫਰ ਆਗੇਲੇ ਉਹਗੇ ਫੇਰ ਹੀ ਪਤਾ ਲੱਗੂ ਵਧੀਆ ਤੇ ਜੇ ਮਾਮੂ ਨੇ ਕਿਹਾ ਮੈਂ ਕੰਮ ਤੇ ਆ ਮੈਂ ਕੰਮ ਤੇ ਜਾਣਾ ਮੈਨੂੰ ਛੁੱਟੀ ਨਹੀਂ ਮਿਲੀ ਛੁੱਟੀ ਹੋਗੀ ਉਦੋਂ ਤੇ ਉਹਨੇ ਦਿਨ ਤੂੰ ਕੀ ਕਰੇ ਬੈਠੇਗਾ ਫਿਰ ਤੂੰ ਉਦੋਂ ਤੁਰੂਗਾ ਆਊਗਾ ਤੇ ਫਿਰ ਉਹ ਲੈ ਜਾਊਗਾ ਕਿਦਾਂ ਦੇ ਦੇਖੋ ਕਿਸ ਦਿਨ ਵਿਆਹ ਹੋਗਾ ਸਾਡੀ ਕਿਹਨੇ ਕਹੇ ਦਿਨ ਵਿਆਹ ਹੋ ਗਿਆ ਫਿਰ ਤਾਂ ਛੁੱਟੀ ਲੈ ਕੇ ਜਾਉਗੇ ਮੈਨੂੰ ਉੱਥੇ ਫਿਰ ਵਿਆਹ ਤੇ ਲੈ ਕੇ ਜਾ ਕੇ ਨਹੀਂ ਨਹੀਂ ਵਿਆਹ ਕੀ ਦਾ मामੂ ਦਾ ਆਹ ਉਹ मामੂ ਦਾ ਵਿਆਹ ਹੋਣਾ ਹੁਣੇ ਉਹ ਤਾਂ ਇੱਥੇ ਉਹਨੇ ਉਹ ਉਹ ਚਾ ਵੀ ਜੇ ਤੈਨੂੰ ਇਹ ਵੀ ਜਦੋਂ ਉਹਨੂੰ ਵਿਆਹ ਦੀਆਂ ਛੁੱਟੀਆਂ ਲਊਗਾ ਉਦੋਂ ਹੀ ਤੈਨੂੰ ਕਮਾ ਦਊਗਾ ਠੀਕ ਹੈ ਠੀਕ ਹੈ ਕਮਾ ਕੇ ਕਮਾ ਫਰਾ ਕੇ ਲੈ ਕੇ ਆਉਂਗੇ ਤਾਂ ਕਿਦੈਸੋ ਉਹ ਤਾਂ ਬਹਿ ਬਹਿ ਜਾ ਉੱਥੇ ਤੇ ਨਹੀਂ ਕੀ ਹੋਇਆ ਸੀ ਕੋਈ ਪਤਾ ਵਾ ਕੈਨੇਡਾ ਕਿਹੜੀ ਥਾਂ ਕੋ ਮਣੀ ਕੋਈ ਨਾਂ ਦਾ ਪਤਾ ਤੈਨੂੰ ਹੈਂ? ਨਾ। ਉਹਦਾ ਕੀ ਸੁਣਿਆ ਤੂੰ ਲੋਕੀ ਕੀ ਕਹਿੰਦੇ ਹੁੰਦੇ ਕੈਨੇਡਾ ਕਿਦਾਂ ਦਾ ਮੁਲਕ ਆ? ਦੱਸਿਆ ਕਿਸ ਨੇ? ਨਾ। ਜੇ ਤੁਹਾਡਾ ਦੋਸਤ ਕੈਨੇਡਾ ਹੀ ਸ਼ਾਇਦ। ਕਿਹੜਾ? ਇੱਕ ਦੋਸਤ ਆ ਜਿਹੜਾ ਪਗਵੰਦਾ ਉਹ ਕੈਨੇਡਾ ਸ਼ਾਇਦ। ਉਹਦਾ ਨਾਮ ਪਿੰਡੋ ਕਨੇਡੀਅਨ ਜਿਹਦਾ ਨਾਮ ਆ। ਪਿੰਡੋ ਕਨੇਡੀਅਨ ਹਣਾ ਠੀਕ ਐ। ਤੇ ਤੂੰ ਐ ਤੂੰ ਕੀ ਸਪੈਨ ਕਰਨਾ? ਸਪੇਨ ਦੀਵਾਰ ਹੁਣ ਆ ਕੋਲ ਸਪੇਨ ਚ ਹੱਲ ਤੇ ਹਨ ਆ ਰਿਵਾਨ ਹੋਣਾ ਕੋਲ ਅੱਛਾ ਆ ਦੇਖੋ ਤੁਸੀਂ ਦੇਖੋ ਦੀਵਾਰ ਹੁਣ ਕਿੱਥੇ ਜਾਂਦੇ ਹੋਗੇ ਮੈਂ ਵੀ ਦੇਖ ਲੂਗਾ ਕਿੱਥੇ ਜਾਂਦੇ ਆ ਫਿਰ ਮੈਨੂੰ ਪਤਾ ਲੱਗ ਜੂਗਾ ਮੈਂ ਵੀ ਚਲੇ ਜਾਊਂਗਾ ਉੱਥੇ ਤੇ ਉੱਥੇ ਸਪੇਨ ਹੁਣ ਇੱਥੇ ਤੋਂ ਤੁਸੀਂ ਸਿੱਖਦੇ ਇੰਗਲਿਸ਼ ਤੇ ਸਪੇਨ ਚ ਸਪੈਨਿਸ਼ ਬੋਲੀ ਜਾਂਦੀ ਆ ਸਪੈਨਿਸ਼ ਮੇਂ ਗਿਣਤੀ ਹੁੰਦੀ ਆ ਸਪੈਨਿਸ਼ ਗਿਣਤੀ ਆਉਂਦੀ ਆ ਹਾਂ ਹਾਂ ਚੱਲ ਸੁਣਾਓ ਫਿਰ ਸਪੈਨਿਸ਼ ਗਿਣਤੀ ਚਲਾਂਗੇ ਇੱਕ ਆਣਾ ਚਲੋ ਉਹਨਾਂ ਦੋ ਸੇ ਸਿਕਵਾਤੋ ਸਿੰਕੋ ਸੇ ਸੇਈ ਤੇ ਓਚੋ ਨਰਵੇਦੀਆਸ 11 12 ਤੇ ਸਿਕਵਾਤੋ ਸੇ ਸਿੰਕੋ ਸੇ ਸੇਈ ਸੇ ਓਚੋ ਨਾ ਨਾ ਗਲਤ ਬੋਲ ਗਿਆ ਥੋੜੀ ਜਿਹੀ ਪੁੱਤ ਜਦੋਂ ਕਾਤੋਰਸੇ ਦੇ ਬਾਦ ਕਿੰਸੇ ਆਉਂਦਾ ਕਿੰਸੇ ਦੇ ਬਾਦ 16 ਸੇਈ 16 17 18 18 ਤੋਂ 31 ਨਰਵੇਦੀ ਸੇ

ਮੈਨੂੰ 10 ਤੱਕ ਨਹੀਂ ਆਉਂਦੀ। ਅੱਛਾ। ਨਹੀਂ ਤਾਂ ਕੀ ਆਉਂਦੀ? ਤੈਨੂੰ 20 ਤੱਕ ਆਉਂਦੀ। ਹੋਰ ਕੁਝ ਆਉਂਦਾ ਸਪੈਨਿਸ਼? ਨਾਲੇ ਮੈਨੂੰ 30 ਤੱਕ ਹੁੰਦੀ ਕਿ ਸਪੈਨਿਸ਼ ਤੱਕ ਸਪੈਨਿਸ਼ ਇਸ ਕੋਈ ਨਹੀਂ ਆਉਂਦਾ। ਬਸ ਗਿਣਤੀ ਹੁੰਦੀ। ਸਾਰੀ ਵਾਰ ਨੇ ਸਗਾਈ ਸੀ। ਰਵਾਨੇ ਸਗਾਈ ਸੀ। ਓਕੇ ਓਕੇ। ਉਹਨੂੰ 100 ਤੱਕ ਆਉਂਦੀ ਹੋਗੀ। ਆਹ ਓਕੇ 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 ਓਕੇ। 100 ਜਾਂ 70 ਤੱਕ। ਠੀਕ ਐ। ਤਾਉ ਤਾਉ ਉਹਨੇ ਮੈਨੂੰ ਕਹਤਾ ਸੀ 35 ਤੱਕ। ਹੁਣ ਗੱਲ ਸੁਣ ਤੂੰ ਮੈਨੂੰ ਕਿਹਾ ਸੀ ਗੱਲਬਾਤ ਕਰਨੀ। ਆ ਗੱਲਬਾਤ ਕਰਨੀ ਆ ਤੂੰ ਮੈਨੂੰ ਪਹਿਲਾਂ ਦੱਸ। ਇਹ ਤੋ ਤੂੰ ਵੱਡੇ ਹੋਣਾ ਕਿ ਏਡੇ ਰਹਿਣਾ ਪਹਿਲਾਂ ਇਹ ਦੱਸ ਹੁਣ ਵੱਡੇ ਹੋਣਾ ਮੈਂ ਵੱਡਾ ਕਿ ਛੋਟਾ ਵਾ ਵੱਡੇ ਤੇ ਮੈਂ ਬੈਠਾ ਨਾ ਟੇਕੇ ਤੇ ਜਦੋਂ ਗੱਲਬਾਤ ਕਰੀ ਤੂੰ ਜੀ ਹਾਂ ਹਾਂ ਉਦੋਂ ਟੇਕੇ ਬੈਠੀ ਹੁੰਦਾ ਇੱਕ ਟਾਈਮ ਇੱਕੋ ਹੀ ਕੰਮ ਕਰੀਦਾ ਹੁੰਦਾ ਪੁੱਤ ਜਾਂ ਗੱਲ ਕਰੀਦੀ ਜਾਂ ਖੇਡੀਦਾ ਹੁਣ ਆਪਾਂ ਕੀ ਕਰਦੇ ਪਏ ਆ ਗੱਲ ਹਾਂ ਸੋ ਆਪਾਂ ਹੁਣ ਕੀ ਕਰਨੀ ਗੱਲ ਗੱਲ ਬਸ ਇਦਾਂ ਹਾਂ ਠੀਕ ਆ ਨਾ ਤੇ ਹੁਣ ਗੱਲਾਂ ਮੈਨੂੰ ਹੋਰ ਤੁਸੀਂ ਦੱਸਣੀਆਂ ਵਾ ਨਹੀਂ ਤੇ ਉਹ ਲੋਕਾਂ ਨੇ ਕਹਿਣਾ ਬੋਰ ਕਰਨ ਏ ਐਵੇਂ ਬੈਠੇ ਉਹ ਗੱਲ ਬਾਤ ਵੀ ਸੁਣਾਉ ਨਾ ਮੈਨੂੰ ਫਿਰ ਲੜਾਈ ਉਹਦਾ ਮੱਲੇ ਨਹੀਂ ਗੱਲ ਸੁਣਾਓ ਇੱਥੇ ਜਦੋਂ ਹੁਣ ਟੂ ਪਹਿਲੀ ਇੱਕ ਗੱਲ ਟਿਊਸ਼ਨ ਜਾਣਾ ਪਸੰਦ ਆ ਤੁਹਾਨੂੰ ਹਾਂਜੀ ਹਾਂਜੀ ਨਹੀਂ ਯਾਰ ਮੈਨੂੰ ਨਹੀਂ ਜਾਣਾ ਨਹੀਂ ਯਾਰ ਮੈਨੂੰ ਅੱਛਾ ਉਹਦਾ ਖੇਡਦੇ ਨੇ ਤੇ ਟਿਊਸ਼ਨ ਤੇ ਆ ਹਾਂਜੀ ਤੇ ਬੁਰਾ ਨਹੀਂ ਲੱਗਦਾ ਤੁਸੀਂ ਸਕੂਲੋਂ ਆਉਨੇ ਆ ਸਕੂਲੋਂ ਆਉਂਦੇ ਆ ਹਰ ਵਾਰ ਫਿਰ ਟਿਊਸ਼ਨ ਤੇ ਚੱਲ ਜਾਂਦੇ ਨਾ ਹੈਂ ਨਾ ਤੁਹਾਨੂੰ ਹੁਣ ਆਤ ਤੋਂ ਪੈ ਗਈ ਬੁੱਤ ਹੈ ਨਾ ਉਹ ਮੈਨੂੰ ਬੜਾ ਕਿਉਂ ਮਾਇਆ ਹੁੰਦਾ ਉੱਥੇ ਜੋ ਫਣੀ ਦੇ ਜੋਕ ਸੁਣਾਉਂਦੇ ਹਾਸਾ ਬਣਾਉਂਦਾ ਲੰਮੇ ਪੈ ਕੇ ਹੱਸਦਾ ਮੈਂ ਤੇ ਅੱਛਾ ਲੰਮੇ ਪੈ ਕੇ ਹੱਸਦੇ ਹਾਂ ਹਾਂ ਤਾਉ ਤਾਉ ਮੈਨੂੰ ਨਹੀਂ ਹਸੀ ਹੁੰਦੀ ਮੈਨੂੰ ਕੋਈ ਜੋਕ ਤੇ ਹਸੀ ਨਹੀਂ ਹੁੰਦੀ ਮੈਨੂੰ ਜੋ ਹਸੀ ਨਹੀਂ ਹੁੰਦੀ ਹਾਸਾ ਹੁੰਦਾ ਪੁੱਤ ਤੈਨੂੰ ਮੈਂ ਹੈਗੀ ਹਸੀ ਹਿੰਦੀ ਜਦੋਂ ਹਿੰਦੀ ਬੋਲੀਦੀ ਉਦੋਂ ਹਸੀ ਹੈ ਨਾ ਵਾ ਤੇ ਜਦੋਂ ਪੰਜਾਬੀ ਬੋਲੀਦੀ ਉਦੋਂ ਕੀ ਕਹਣਾ ਮੈਨੂੰ ਹਾਸਾ ਨਹੀਂ ਆਉਂਦਾ ਹਾਂ ਮੈਂ ਤਾਂ ਇਦਾਂ ਕਰ ਮੈਨੂੰ ਕੋਈ ਜੋਕਸ ਨਾ ਦੇਖ ਲੈਂਦੇ ਮੈਂ ਹਦਾਈਆ ਨਹੀਂ ਚਲੋ ਠੀਕ ਹੈ ਇਦਾਂ ਹੀ ਚੱਲ ਸੁਣਾਉ ਉਹਨੂੰ ਕੋਈ ਜੋਕ ਆ ਹਾਂ ਅਰੇ ਜੋਗ ਆ ਤਾ ਯਾਰ ਲੈ ਲੈ ਫੇਲੇ ਤੂੰ ਯਾਰ ਸਹੀ ਦੱਸ ਤੂੰ ਬੇਨਾਂ ਦੇਖ ਤਾ ਮੈਨੂੰ ਬੇਨਾਂ ਦੇ ਕੇ ਦੂਆ ਦੇਖਣਾ ਚਲੋ ਜੋਗ ਜੋਗ ਨੂੰ ਜੋਗ ਨੂੰ ਹੁਣ ਮੈਂ ਤੈਨੂੰ ਇੱਕ ਹੋਰ ਅੱਖਰ ਦੱਸਦਾ ਦੂਜਾ ਜੋਗ ਨੂੰ ਕਹਿੰਦੇ ਕੀ ਪੰਜਾਬੀ ਚ ਬੁਲਾਏ ਦੱਸੋ ਪਹਿਲਾਂ ਮੈਨੂੰ ਜਿਹੜਾ ਦੱਸੂਗਾ ਅੱਖਰ ਨਹੀਂ 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 ਬੋਤਾ ਅੱਖਰ ਤੇ ਇੱਕ ਨੂੰ ਲੈਟਰ ਨੂੰ ਆਂਦੇ ਆ ਹਾਂ ਜੋਗ ਨੂੰ ਕਹਿੰਦੇ ਕੀ ਪੰਜਾਬੀ ਜਿਹੇ ਦੱਸੋ ਤਉ ਜੋਕਾ ਹਿੰਦੀ ਵਿੱਚ ਹੁੰਦਾ ਇੰਗਲਿਸ਼ ਚ ਇੰਗਲਿਸ਼ ਜੋਕ ਹਾਂ ਲੱਗ ਗਿਆ ਲੱਗ ਗਿਆ ਮਾਈਕ ਦੇ ਇਧਰ ਆ ਲੱਗ ਗਿਆ ਇਧਰ ਸੋਚੰਦੋ ਲੈ ਕੁਝ ਨਹੀਂ ਹੁੰਦਾ ਸੋਚੰਦੋ ਸੋਚੰਦੋ ਨਹੀਂ ਨਹੀਂ ਇੱਥੇ ਨਹੀਂ ਉੱਥੇ 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 ਮੈਂ ਕਿਹਾ ਉੱਥੇ ਮੈਂ ਕਿਤੇ ਲੱਗੇ ਪੈ ਸਾਡਾ ਪੋਡਕਾਸਟ ਵੇ ਲੋ ਇੱਥੇ ਬੈ ਇੱਥੇ ਬੈ ਹਾਂ ਜੋਕ ਨੂੰ ਪੰਜਾਬੀ ਚ ਕਹਿੰਦੇ ਕੀ ਪਹਿਲਾਂ ਇਹ ਮੈਨੂੰ ਦੱਸ ਦੋ ਤੀ ਸੋਚੰਦੋ ਰੁਪਈਏ ਦਊਂਗਾ ਕਿੰਨੇ ਨਾਮ ਚਾਹੀਦਾ 10 ਕਿ 20 20 20 ਰੁਪਈਏ ਨਾਮ ਚਲੋ 20 ਰੁਪਈਏ ਨਾਮ ਤੇ ਮੈਂ 10 ਤੱਕ ਨਹੀਂ ਆਪੀਏ ਨਹੀਂ ਤਾਉ ਹਾਂ ਪੰਜ ਦ ਮਿੰਟ ਦੋ ਨਹੀਂ ਨਹੀਂ ਪੁੱਤ ਪੰਜ ਇੰਨਾ ਜਿਹੜਾ ਥੋੜੀ 10 ਤੱਕ ਗਿਨਣਾ ਇੱਕ ਮਿੰਟ ਨਹੀਂ ਨਹੀਂ ਇੱਕ ਵੀ ਨਹੀਂ ਪੁੱਤ ਇੰਨਾ ਟਾਈਮ ਨਹੀਂ ਹੁੰਦਾ ਇੱਕ ਦੋ ਹਾਂ ਹਾਂ ਨਾ 10 ਚਾਰ ਅੱਖਰ ਪੰਜ ਨਾ 6 7 8 ਅੱਖਰ ਸੀ ਨੋ 10 ਹੁਣ ਤੁਸੀਂ ਮੈਨੂੰ ਦੇਣਾ 500 ਰੁਪਏ ਮੈਂ ਜਿੱਤ ਗਿਆ ਆਪਣੀ ਮੰਮੀ ਕੋ ਲੈ ਕੇ ਦਿਓ ਭਾਵੇਂ ਨਹੀਂ ਦੇ ਨਹੀਂ ਸਕਦੇ ਹਾਂ ਚਲੋ ਕੋਈ ਨਾ ਪੰਜਾਬ ਉਹਨੂੰ ਆਂਦੇ ਜੋਗ ਨੂੰ ਪਿਆਬੀ ਦੀ ਚੁਟਕਲਾ ਚੁਟਕਲਾ ਹਾਂ ਚੁਟਕਲਾ 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 ਬਸ ਪਤਾ ਲੱਗ ਗਿਆ ਨਾ ਅਜ ਤੋਂ ਹਾਂ ਚੁਟਕਲਾ ਹਾਂ ਤਾਉ ਉਹਨੂੰ ਇੱਕ ਤੀ ਦੱਸੋ ਜ਼ੀਰੋ ਕਾਂਟੇ ਨੂੰ ਪੰਜਾਬੀ ਚ ਕੀ ਕਹਿੰਦੇ ਕਿੰਨੂੰ ਜ਼ੀਰੋ ਕਾਂਟੇ ਨੂੰ ਪੰਜਾਬੀ ਚ ਕੀ ਕਹਿੰਦੇ ਜ਼ੀਰੋ ਕਾਂਟੇ ਨੂੰ ਜ਼ੀਰੋ ਔਰ ਕਾਂਟਾ ਜੀਰੋ ਕਾਟੇ ਨੂੰ ਮੁੰਜਾ ਉਹ ਜਿਹੜੀ ਹੁੰਦੀ ਗੇਮ ਖੇਡ ਹੁੰਦੀ ਆ ਜੀਰੋ ਕਾਟੇ ਵਾਲੀ ਉਹਨੂੰ ਪੰਜਾਬੀ 'ਚ ਕੀ ਕਹਿੰਦੇ ਨਾ ਬੜਾ ਗੰਦਾ ਉਹਦਾ ਨਹੀਂ ਨਹੀਂ ਆਪਾਂ ਨਹੀਂ ਫਿਰ ਹੋਰ ਉਹ ਹੀ ਲੈਣਾ ਬੜਾ ਗੰਦਾ ਨਹੀਂ ਨਹੀਂ ਉਹਨੇ ਆਪਾਂ ਲੈਣਾ ਫਿਰ ਪਾ ਨਹੀਂ ਨਹੀਂ ਤੂੰ ਰੈਡ ਦੋ ਰੈਡ ਬੜਾ ਗੰਦਾ ਹੁੰਦਾ ਨਾਮ ਨੇ 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 ਯਾਰ ਰੈਡ ਦੇ ਮਰਦ ਆ ਇਹਨੇ ਜਾਣ ਕੇ ਇਹਨੇ ਜਾਣ ਕੇ ਪੁੱਛਿਆ ਜਾਣ ਕੇ ਪੁੱਛਿਆ ਨਾ ਇਹ ਬੜੀ ਗੰਦੀ ਜਾਣ ਕੇ ਥੋੜੀ ਉਦਾਈ ਚਲੋ ਇੱਥੇ ਟਿਕਾਓ ਇੱਥੇ ਟਿਕਾਓ ਦੋ ਫਿਲਮਾਂ ਨਾਲ ਬਲਵਰੂ ਪੰਜਾਬੀ ਦੇ ਕੀ ਕਹਿੰਦੇ ਹੈ ਆਹ ਹੋ ਗਈ ਤੇਰੀ ਗੱਲ ਸਹੀ ਲਾਟੂ ਆਹਾ ਆ ਗਿਆ ਮੈਨੂੰ ਲਾਟੂ ਆਂਦੇ ਲਾਟੂ ਓਹ ਛੋਟਾ ਨੂੰ ਪੰਜਾਬੀ ਚ ਕੀ ਕਹਿੰਦੇ ਹੈ ਛੋਟਾ ਤਸਵੀਰਾਂ ਆ ਰਾਜਾ ਰੋਕੋ ਰੋਕੋ ਜਾ ਹਾਂ ਵਾਲਪੇਪਰ ਨੂੰ ਪੰਜਾਬੀ ਚ ਕੀ ਕਹਿੰਦੇ ਕਿਨੋ ਵਾਲਪੇਪਰ ਨੂੰ ਹੈਂ ਵਾਲਪੇਪਰ ਨੂੰ ਇਹਨੂੰ ਕੀ ਆਖੀਏ ਯਾਰ 1 2 3 4 5 6 7 8 9 10 ਹਰ ਗਿਆ ਦਿਲੋਂ ਬਰਾਬਰ ਹੋ ਗਿਆ ਕੋਈ ਵੀ ਚਾਹੀਦਾ ਨਹੀਂ 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 100 ਰੁਪਏ ਨਹੀਂ ਹਾਂ ਨਹੀਂ ਚਲ ਆਪਾਂ ਹਾਂ 100 ਰੁਪਏ ਹਾਂ ਚਲੋ 100 ਰੁਪਏ ਚਲੋ ਇਹਨੂੰ ਇੱਕ ਵਾਰੀ ਤੁਸੀਂ ਹਰ ਗਿਆ ਇੱਕ ਵਾਰੀ ਮੈਂ ਹਰ ਗਿਆ ਸਾਬਕਾ ਤ ਬਰਾਬਰ ਠੀਕ ਆ ਹੁਣ ਇਹ ਦੱਸੋ ਕੋਈ ਸਵਾਲ ਪੁੱਛੋ ਅੱਜ ਕਰਾਂ ਮੈਂ ਕੁਐਸਚਨ ਹੀ ਲਗਾ ਪੁੱਛਣਾ ਹੁਣ ਮੈਨੂੰ ਇਹ ਦੱਸੋ ਕਿ ਤੁਹਾਨੂੰ ਲੜਾਈ ਬਾਹਰ ਕਿਹਦੀ ਕਿਹਦੀ ਹੁੰਦੀ ਹੁੰਦੀ ਆ ਬਾਹਰ ਉਹਦਾ ਤੁਹਾਡੇ ਨਾਲ ਕੌਣ ਕੌਣ ਲੜਦਾ ਹੁੰਦਾ ਇੱਥੇ ਮੈਂ ਦੱਸਦਾ ਹੜਵੀਰ ਹਾਂ ਹੜਵੀ ਨਾਲ ਹੀ ਲੜਾਈ ਹੁੰਦੀ ਹਾਂ ਮੇਰੀ ਨਾਲ ਮੇਰੀ ਦੇ ਨਾਲ ਉਹ ਜਿਹੜਾ ਹੈਗਾ ਨੀ ਇੱਥੇ ਅਰਮਾਨ ਉਹਦੇ ਨਾਲ ਅਰਮਾਨ ਵੀ ਆ ਉਹ ਕਿਹੜੀ ਗੱਲੋਂ ਲੜਦੇ ਹੁੰਨੇ ਆ ਕਿਹੜੀ ਗੱਲ ਤੋਂ ਲੜਦੇ ਆ ਉਹ ਤਾਂ ਖੇਡਦਾ ਖੇਡਦੇ ਹੁੰਦੇ ਉਹ ਤੋਂ ਲੜ ਪੈਂਦਾ ਅੱਛਾ 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 ਤੂੰ ਤੇਰਾ ਤੇਰਾ ਤੂੰ ਨਹੀਂ ਤੇ ਮਾਰਾਂ ਨਾਲ ਬੜੀ ਗਾਲਾਂ ਕੱਢਦਾ ਇੱਕ ਵਾਰ ਤਾਂ ਉਹਨੇ ਨਾ ਮੈਨੂੰ ਇੰਨਾ ਗੰਦਾ ਮਾਰਿਆ ਇੱਥੇ ਨਿਸ਼ਾਨ ਪਾਤਾ ਹੀ ਨਾਲੇ ਤਾਂ ਉਹ ਮੈਨੂੰ ਗਾਣਾ ਕੱਢਣ ਲਿਆ ਸੀ ਉਹ ਇੱਕ ਦਿਨ ਸੱਚ ਤੇਰੇ ਉਹ ਪਰਲੇ ਤੇ ਤੇਰੇ ਵਿਆਹ ਦੇ ਜੁੱਤੀਆਂ ਵੀ ਪਈਆਂ ਕਿਹਦੇ ਪਈਆਂ ਹਨ ਤੇਰੇ ਪਈਆਂ ਕਿਹਦੇ ਪਈਆਂ ਹਨ ਜਦੋਂ ਇਹ ਇਹਦੇ ਪਈਆਂ ਇਹਦੇ ਪਈਆਂ ਹਨ ਤੈਨੂੰ ਤੈਨੂੰ ਫੜ ਕੇ ਕੁੱਟਿਆ ਸੀ ਨਾ ਵਾਹ ਜਾਣਾ ਵਿਆਹ ਤੇ ਕਦੋਂ ਅੱਜ ਤੂੰ ਇੱਕ ਰਿਪਨ ਵਿਆਹ ਗਿਆ ਸੀ ਆ ਪਿੱਛੇ ਜੇ ਤੈਨੂੰ ਵਿਆਹ 'ਚ ਸਾਰਿਆਂ ਨੇ ਫੜ ਕੇ ਕੁੱਟਿਆ ਨੇ ਤੈਨੂੰ ਪਤਾ ਨਾ ਤੈਨੂੰ ਯਾਦ ਨਹੀਂ ਚੱਲ ਮੈਨੂੰ ਕੁੱਟਿਆ ਸੀ ਹੈ ਫੜ ਕੇ ਮੈਨੂੰ ਕੁੱਟਿਆ ਸੀ ਤੈਨੂੰ ਕੁੱਟ ਉਹ ਮੈਨੂੰ ਮੈਨੂੰ ਤੇ ਤਲੀ ਮੈਨੂੰ ਆਹ ਉਹ ਜਿਹੜੇ ਤਿੰਨ ਕਿ ਜਾਣੇ ਹੀ ਹਨ ਉਹਨਾਂ ਨੇ ਮੈਨੂੰ ਹੀ ਗੱਡਿਆ ਸੀ ਅੱਛਾ ਥੱਲੇ ਲੰਮੇ ਪਾਤਾ ਪਰ ਮੈਂ ਕੁਝ ਕਿਹਾ ਨਹੀਂ ਉਹਨਾਂ ਨੂੰ ਨਹੀਂ ਤੂੰ ਚੁੱਪ ਕਰਕੇ ਜੁੱਤੀਆਂ ਖਾਲੀਆਂ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਕਹੂ ਮੈਂ ਰੋਕ ਦੂੰ ਮੈਂ ਕਹਿੰਨਾ ਮੈਂ ਮੈਂ ਕਿਹਾ ਉਹ ਨਾ ਪਾਗਲੋਂ ਪਾਜੋ ਥਰੇ ਮੇਰੇ ਭਰਾ ਨੂੰ ਕਿੱਦਾਂ ਮਾਰਿਆ ਬਾਅਦ ਚ ਮੈਂ ਗਿਆ ਬਹਿ ਕੇ ਬਹਿ ਗੱਲ ਕਰਦੇ ਉਹ ਬਾਅਦ ਚ ਮੈਂ ਸੋਚਿਆ ਜੇ ਮਾਰੂਗਾ ਨਾ ਮੈਨੂੰ ਅਗਲੀ ਵਾਰ ਮੈਂ ਤਾਂ ਕਰਾਟੇ ਕਰਨੇ ਬਾਅਦ ਚ ਅੱਛਾ ਬਾਅਦ ਚ ਕਰਾਟੇ ਚਲਤਾ ਇਦਾਂ ਹੀ ਮੈਂ ਕਰਨਾ ਮੈਂ ਤਾਂ ਸਿੱਧਾ ਤਾਣੀ ਮੈਂ ਪਹਿਲਾਂ ਮਾਰਿਆ ਚਲੋ ਇੱਧਰ ਆ ਕੇ ਟੇਕੇ ਬਹਿ ਟੇਕੇ ਬਹਿ ਮੈਂ ਅੱਗੇ ਕੀ ਕਹਿ ਕੇ ਡਿਆ ਟੇਕੇ ਬਹਿ ਕੇ ਗੱਲ ਕਰੀ ਦੀ ਮੈਂ ਤਾਂ ਤਾਣੀ ਉਹਨਾਂ ਨੂੰ ਕੁਝ ਕਿਹਾ ਹੀ ਓਕੇ 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 ਠੀਕ ਹੈ ਠੀਕ ਹੈ ਤੇ ਅਗਲੀ ਗੱਲ ਵੀ ਤੁਸੀਂ ਪੜ੍ਹਦੇ ਆ ਦੋਨੋਂ ਤੇ ਤੁਹਾਨੂੰ ਸਭ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ ਪੜਨ ਦੇ ਵਿੱਚ ਤਾਓ ਮੈਨੂੰ ਹਾਂ ਤੂੰ ਪਹਿਲੇ ਮਾਰੋ ਵਾਰੀ ਕਿਹਦਾ ਲੱਗਦਾ ਪਹਿਲੀ ਵਾਰੀ ਨਹੀਂ ਮੈਂ ਪੁੱਛੂੰਗਾ ਮੈਂ ਪੁੱਛੂੰਗਾ ਪਹਿਲਾਂ ਸੁਖਮਨ ਤੂੰ ਦੱਸ ਮੈਨੂੰ ਤੇ ਬੋਲਣਾ ਪੰਜਾਬੀ ਅਧੀ ਲੱਗਦੀ ਲਿਖਣ ਦੇ ਵਿੱਚ ਨਹੀਂ ਨਹੀਂ ਸਬਜੈਕਟ ਕਲਾਸ ਸਭ ਤੋਂ ਵਧੀਆ ਕਿਹੜੀ ਕਲਾਸ 'ਚ ਮਜ਼ਾ ਆਉਂਦਾ ਕਿਹੜੀ ਪਹਿਲਾਂ ਇਹ ਦੱਸਣਾ ਕਿਹੜੀ ਕਲਾਸ 'ਚ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਫਿਰ ਤੂੰ ਇਹ ਦੱਸਣਾ ਕਿਹੜੀ ਕਲਾਸ 'ਚ ਤੈਨੂੰ ਜ਼ਿਆਦਾ ਡਰ ਲੱਗਦਾ ਜਿੰਜ ਤੇਰਾ ਜੀ ਕਰਦਾ ਆਹ ਕਲਾਹ ਹਜ ਨਾ ਹੀ ਹੋਵੇ ਪਹਿਲਾਂ ਇਹ ਮੈਨੂੰ ਦੱਸ ਮਜ਼ਾ ਕਿਹੜੀ ਕਲਾਸ 'ਚ ਆਉਂਦਾ ਤ ਮੈਨੂੰ ਆਉਂਦਾਗਾ 3rd ਕਲਾਸ ਪਰ ਉਹ ਨਹੀਂ ਉਹ 3rd ਕਲਾਸ ਕਿਹੜੀ ਕੀ ਸਬਜੈਕਟ ਆ ਉਹਦਾ ਕੀ ਪੜਾਉਂਦੇ ਉਹ ਚ ਉਹ ਜ ਐਸਐਸਟੀ ਲੱਗੀ ਆ ਤੇ ਨਾਲੇ ਸਾਇੰਸ ਲੱਗੀ ਅੱਛਾ ਤੈਨੂੰ ਐਸਐਸਟੀ ਤੇ ਸਾਇੰਸ ਦੋ ਸਬਜੈਕਟ ਲੱਗੇ ਈਵੀਐਸ ਨੂੰ ਹਟਾ ਕੇ ਸਾਇੰਸ ਲੱਗੀ ਓਕੇ ਤੇ ਆ ਮੇਰੇ ਖਾਤੇ ਸਬਜੈਕਟ ਆ ਤਾਂ ਕਿਹੜੀ ਕਲਾਸ ਬੁਰੀ ਲੱਗਦੀ ਜਿੱਥੇ ਮਜ਼ਾ ਨਹੀਂ ਆਉਂਦਾ ਜਨਗੇ ਇਹਨਾਂ ਦੀ ਫਸਟ ਕਲਾਸ ਉਹਨਾਂ ਦੀ ਮੈਮ ਬੜੇ ਗੁੱਸੇ ਵਾਲੀ ਹੈ ਤੁਹਾਡੇ ਕੀ ਕੀ ਪੜਾਉਂਦੇ ਹੋ ਉਹ ਇਹਨਾਂ ਨੂੰ ਸ਼ੇਕ ਸਬਜੈਕਟ ਪੜਾਉਂਦੇ ਆ ਆਈਸੀਟੀ ਨਹੀਂ ਉਹਦੇ ਪਹਿਲੇ ਪਹਿਲੇ ਕੀ ਬਣਾਉਂਦੇ ਮੈਥ ਪੜਾਉਂਦੇ ਕੀ ਬਣਾਉਂਦੇ ਚਲ ਮੈਥ ਪਹਿਲਾ ਮੇਰਾ ਹਿੰਦੀ ਚਲ ਚਲ ਹੁਣ ਹੁਣ ਤੇਰੀ ਗੱਲ ਹੋ ਗਈ ਹੁਣ ਬਹਿ ਬਹਿ ਤੇਰੇ ਸਪਰਿੰਗ ਲੱਗਾ ਵਾ ਕੋਈ ਨਹੀਂ ਫੇਰ ਉਟੇ ਕੇ ਬਹਿਰ ਆਹੋ ਮੈਂ ਅੱਗੇ ਤੋਂ ਵੀਡੀਓ ਜਾਣਾ ਮੇਰੀ ਚ ਕਰਨੀ ਫੇਰ ਦੁਆਰਾ ਗੱਲਬਾਤ ਕਰਨੀ ਵੀਡੀਓ ਤੇ ਫਿਰ ਮੈਨੂੰ ਜੇ ਮੈਨੂੰ ਇਹ ਹੋਇਆ ਵੀ ਯਾਰ ਉਹ ਟੇਕੇ ਬੈਂਦਾ ਨਹੀਂ ਤੇ ਫੇਰ ਮੈਂ ਵੀਡੀਓ ਨਹੀਂ ਕਰਨੀ ਠੀਕ ਆ ਲੱਗ ਗਿਆ ਲੱਗਿਆ ਮਾਈਕ ਤੇ ਉਹਦੇ ਲੱਗ ਗਿਆ अच्छा ਹੁਣ ਤੈਨੂੰ ਦੂ ਤੂੰ ਦੱਸ ਤੈਨੂੰ ਕਿਹੜੀ ਕਲਾਸ ਮਜ਼ਾ ਆਉਂਦਾ ਮੈਨੂੰ ईवीएस इंग्लिश ਕਲਾਸ 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 ਕਿਹੜੀ ਚ ईवीएस इंग्लिश ਉਹ ਕਲਾਸ ਕਿਹੜੀ ਚ ਮਜ਼ਾ ਆਉਂਦਾ ਆਹ ਹੋਰ ਆਇਆ ਕਲਾਸ ਆਇਆ ਚਲ ਕੋਈ ਨਾ ਬੋਲ ਬੋਲ इंग्लिश ईवीएस ਨਾਲ ਕੀ ਕੰਦੇ ਮੈਥ ਹੂੰ ਹਿੰਦੀ ਅਚਾਰ ਸਬਜੈਕਟ ਤੇ ਬੁਰਾ ਕਿਹੜਾ ਲੱਗਦਾ ਪੰਜਾਬੀ ਹੂੰ ਹਾਂ ਪੰਜਾਬੀ ਤੇ ਲਈ ਪੰਜਾਬੀ ਵਾਲਾ ਸਬਜੈਕਟ ਪੂਰਾ ਲੱਗਦਾ। ਚਲ ਆਈਸੀਟੀ। ਤੇ ਇਹ ਕਿ ਪੰਜਾਬੀ ਵਾਲਾ ਦਾ ਆਈਸੀਟੀ ਵਾਲਾ ਕਿਉਂ ਪੂਰਾ ਲੱਗਦਾ? ਇਹਦੇ 20 ਵਿੱਚੋਂ 15 ਆਈ ਆਈਸੀਟੀ ਵਿੱਚ। ਅੱਛਾ ਤੇ ਘਾਟਾ ਏ? ਅਰੇ ਬੜੇ ਘਾਟਾ ਈ। ਨਾ ਮੇਰੇ ਆ ਵੇ ਲੋ ਅੱਜ ਗੱਲ ਦਾ ਕੰਪੂਟਰ। 20 'ਚ 15 ਇਹ ਤਾਂ ਘਾਟਾ। ਤੇ ਵੀ ਘੱਟ। ਮੈਂ ਤਾਂ ਮੈਚ ਨੂੰ ਮਾਰੋ। ਤੂੰ ਮੈਚ ਤੇ ਮੈ ਮੈਟ੍ਰਿਕ ਹੁੰਦਾ। ਤੂੰ ਉਤਲ ਸਭ ਮੇਰੇ ਇੱਕ ਵਾਰ। ਤੇ ਕਿ ਬਿਠੋ ਸੱਦੇ ਹੋ ਗਏ ਸੱਦੇ ਹੋ ਗਏ ਇੱਧਰ ਸੱਟ। ਪਤਾ ਨਹੀਂ ਕੀ ਸਪਰਿੰਗ ਲੱਗਾ ਤੁਹਾਡੇ 'ਚ। ਮੈਂ ਬਸ ਹੁਣ ਵੀਡੀਓ ਨਹੀਂ ਤੇ ਮੁਕਾ ਦੇਣੀ ਮੈਨੂੰ। ਨਿਕਲ ਗੱਲ ਸੁਨੋ हां सही कहा। ओए एक वाली तो। ये तो वीडियो। दे दे मेरे दसा दसा ਵਿੱਚੋਂ ਚਾਰ ਆਏ ਸੀ। ਕਿਹਚੋਂ ਪੰਜਾਬੀ ਜੋ? ਹੂੰ। ਪੰਜਾਬੀ ਜੋ ਹੈ? ਨਹੀਂ, ਮੈਥ ਵਿੱਚੋਂ। ਮੈਥ ਚੋਂ। ਅੱਛਾ। ਤੇ ਆਏ ਹੁਣ ਤੈਨੂੰ ਮੈਥ ਆਉਂਦਾ ਕਿ ਹੁਣ ਤੈਨੂੰ ਬਸ ਹੁਣ ਨਹੀਂ ਆਉਂਦਾ। ਬਹੁਤ ਹੀ ਸੋਖੀ ਹੋ ਗਈ ਅੱਜ। ਮੈਂ ਤਾਂ ਮੈਥ ਹੁਣ ਮੈਨੂੰ ਆਉਂਦੀ ਆ। ਅੱਛਾ ਅੱਛਾ। ਆਈ ਸੀ ਟੀ ਵਿੱਚ ਬੜੇ ਸੋਖੇ ਸੋਖੇ ਕੁਸ਼ਣ ਆਏ ਮੈਨੂੰ ਹੁਣ। ਠੀਕ ਹੈ। ਮੈਨੂੰ ਤੇਰੇ ਕੋਲ ਟਾਈਮ ਵੇਸਟ ਕਰ ਦਿੰਦਾ। ਅੱਛਾ। ਚਲ ਹੁਣ। ਤਾਂ ਮੈਂ ਨਹੀਂ ਕਰਦਾ। ਹੁਣ ਇਹ ਦੱਸੋ। ਵੀ ਆ ਗਾਣਿਆਂ ਤੋਂ ਜਿਹੜੇ ਆਪਣੇ ਪੰਜਾਬੀ ਕਿੰਨੇ ਗਾਣੇ ਆਉਂਦੇ ਆ ਉਹਦੇ ਵਿੱਚ ਕਿੰਨੀਆਂ ਕਾਰਾਂ ਦਾ ਨਾਮ ਲੈਂਦੇ ਹੁੰਦੇ ਨੇ ਨਾ ਕਦੀ ਕੋਈ ਕਾਰ ਕਦੀ ਕੋਈ ਕਾਰ ਇਹਦੇ ਪਤਾ ਕਿਹੜੀਆਂ ਕਿਹੜੀਆਂ ਕਾਰਾਂ ਕਿਹੜੀਆਂ ਕਿੜੀਆਂ ਕਾਰਾਂ ਲੈਣੀਆਂ ਕਦੀ ਲੱਬੋਗਟੀ ਦਾ ਹੁੰਦਾ ਕਦੀ ਲੈਂਬਰਗਿਨੀ ਕਦੀ ਫਰਾਰੀ ਪਤਾ ਨਹੀਂ ਕਿੰਨੀਆਂ ਕਦੀ ਆਲਿਮੋਲ ਲੈਂਬਰਗਿਨ ਤੋਂ ਬੋਰਗਿਸ ਨਹੀਂ ਆਉਣੀ ਹੁੰਦੀ ਕਿਹੜੀ ਲੈਂਬੋਰਗਿਨ ਅਰੇਂਜ ਰੋਵਰ ਅਰੇਂਜ ਰੋਵਰ ਵੀ ਤੁਹਾਨੂੰ ਕਿਹੜੀ ਵਧੀਆ ਲੱਗਦੀ ਮੈਨੂੰ ਲੈਂਬੋਰਗਿਨ ਸੀਯਾਨ ਅੱਛਾ ਇੱਕ ਗਾਣੇ ਦੇ ਵਿੱਚ ਨਾ ਇੱਕ ਹੋਰ ਅੱਖਰ ਵਰਤਦੇ ਹੁੰਦੇ ਆ ਉਹ ਗਾਣਿਆਂ ਦੇ ਵਿੱਚ ਇੱਕ ਚੀਜ਼ ਕਰਦੇ ਹੁੰਦੇ ਆ ਤੂੰ ਕਾਲੀ ਡੱਬੀ ਕਾਲਾ ਮਾਲ ਐਦਾਂ ਜੀਆਂ ਕਰਦੇ ਹੁੰਦੇ ਨਾ ਕਈ ਗਾਣਿਆਂ ਦੇ ਵਿੱਚ ਕਾਲਾ ਕਾਲਾ ਹੈਂ ਕਰਦੇ ਹੁੰਦੇ ਕਾਲਾ ਛਕਿਆ ਹੋਇਆ ਵਾ ਐਦਾਂ ਉਹ ਉਹ ਕੀ ਹੁੰਦਾ ਵਾ ਪਤਾ ਕਿਸੇ ਨੂੰ ਨਹੀਂ ਹੈ ਮੈਂ ਤਾਂ ਕਦੇ ਗਾਣਾ ਸੁਣਿਆ ਹੀ ਨਹੀਂ ਤੂੰ ਨਹੀਂ ਸੁਣਿਆ ਐਦਾਂ ਦਾ ਗਾਣਾ ਮੈਂ ਮੈਂ ਆਪਣੇ ਚਾਚੂ ਲਾਉਂਦੇ ਸੀ ਪਤਾ ਨਹੀਂ ਗਾਣਾ ਮੈਂ ਤੇ ਤਾਂ ਭੁੱਲ ਗਿਆ ਹਾਂ ਚਾਚੂ ਨੇ ਲਾਇਆ ਸੀ ਓਕੇ ਐਦਾਂ ਹੀ ਕਾਲੀ ਗੱਡੀ ਐਦਾਂ ਹੀ ਕੁਛ ਹਾਂ ਗੱਡੀ ਦਾ ਵਿਸਤਰ ਚਤਾ ਇਹਨੂੰ ਕੋਈ ਕੜਾ ਕੜਾ ਕਾਲਾ ਉਸਤ ਜੜਾ ਕਾਲੀ ਗੱਡੀ ਕਾਲਾ ਪਿਸਤਲ ਅੱਛਾ ਹੈ ਕਾਲੀ ਗੱਡੀ ਕਾਲਾ ਬਿਸਤਰ ਕਾਲਾ ਬਿਸਤਰ ਕਾਲੀ ਗੱਡੀ ਅੱਛਾ ਠੀਕ ਹੈ ਠੀਕ ਹੈ ਹੈ ਉਹ ਕੀ ਦਾ ਕੀ ਦਾ ਗਾਣਾ ਹੈ ਕਿਉਂ ਕਿ ਨੰਨੇ ਨੂੰ ਪਤਾ ਨਹੀਂ ਬਸ ਮੈਂ ਸ਼ੋਬਤਾ ਮੈਂ ਸ਼ੋਬਤਾ ਥੋੜੀ ਨਾ ਹਾਂ ਉਹ ਫਿਰ ਤੁਹਾਡੇ خیال ਨਾਲ ਸਭ ਤੋਂ ਘੈਂਟ ਸਿੰਗਰ ਕਿਹੜਾ ਸਭ ਤੋਂ ਵਧੀਆ ਉਹ ਮੂਸੇ ਵਾਲਾ ਸਿੱਧਾ ਮੂਸੇ ਵਾਲਾ ਹੈ ਹਾਂ ਤੇਰਾ ਅਚਾ ਤੇਰਾ ਸ਼ੋਬਾ ਸ਼ੋਬਾ ਕਿਉਂ ਵਧੀਆ ਵਾ ਮੈਨੂੰ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਸ਼ੋਬਾ ਕਾਉਣਾ ਸ਼ੋਬਾ YouTube ਤੇ ਸਰਚ ਕਰੀਓ ਸ਼ੋਬਾ YouTube ਤੇ ਠੀਕ ਐ ਇੱਕ ਦਿਨ ਤੂੰ ਸੱਚੇ ਸੁਣਦੇ ਹਾਂ ਗੱਡੀ 'ਚ ਤੈਨੂੰ ਇੱਕ ਮੈਂ ਕਿਹਾ ਸੀ ਉਹ ਸੁਣਦਾ ਹੁੰਦਾ ਤੂੰ ਕਹਿੰਦਾ ਹੈ ਇਸ ਸਿੰਗਰ ਦਾ ਕੀ ਨਾਮ ਸਤਿੰਦਰ ਸਰਤਾਜ ਆਹ ਸਤਿੰਦਰ ਸਰਤਾਜ ਉਹ ਵੀ ਬੜੇ ਵਧੀਆ ਗਾਉਂਦਾ ਉਹ ਵੀ ਸਹੀ ਆ ਉਹ ਵੀ ਸਹੀ ਹੈ ਨਵਾਂ ਆਇਆ ਉਹ ਨਵਾਂ ਆਇਆ ਵਾਏ ਹਾਂਜੀ ਆਹ ਕਵਾਇਆ ਸੀ ਇੱਕ ਦਿਨ ਮੈਂ ਗੱਡੀ ਚਾਣਦੇ ਤੇ ਗਾਣੇ ਚੇਂਜ ਕਰੀ ਜਾਵੇ ਤੇ ਉਹਦੇ ਵਿੱਚ ਸਰਤਾਜ ਦਾ ਗਾਣਾ ਆ ਗਿਆ ਉਹਦੀ ਨਵੀਂ ਫਿਲਮ ਦਾ ਗਾਣਾ ਨਹੀਂ ਸੀ ਆ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਚੰਨਵੇ ਇਹ ਗਾਹ ਕੱਢੀ-ਕੁੱਢੀ ਗਿਆ ਤੇ ਇਹਨੇ ਫਿਰ ਗਾਣਾ ਪਿੱਛੇ ਹੀ ਲੈ ਆਂਦਾ ਪਰਲੇ ਨੇ ਇਹ ਫਿਰ ਕਹਿੰਦਾ ਆਹ ਵਧੀਆ ਹੀ ਕਹਿੰਦਾ ਤੇ ਫਿਰ ਮੈਨੂੰ ਉਹਨੇ ਨਾਮ ਪੁੱਛਿਆ ਕਹਿੰਦਾ ਇਹ ਗਾਉਣ ਵਾਲੇ ਦਾ ਕੀ ਨਾਮ ਹੈ ਸਤਿੰਦਰ ਸਰਤਾਜ ਕਹਿੰਦਾ ਵਧੀਆ ਵਾ ਮੈਂ ਠੀਕ ਸਹੀ ਹੈ ਚਲੋ ਬਸ ਕਰੀਏ ਫਿਰ ਹੁਣ ਆਪਾਂ ਨਹੀਂ ਬੱਤ ਹੁਣ ਬਸ ਕਰੀਏ ਚਲੋ ਠੀਕ ਆ ਹੈ ਉਹ ਪਤਾ ਕੀ ਚੱਕਰ ਉਹ ਜਿਹੜਾ ਤੈਨੂੰ ਸੁਣਦਿਆ ਨਾ ਉਹ ਪਾਉੜਿਆ ਟਰੱਕ ਚਲਾਉਣ ਉਥੇ ਕੈਨੇਡਾ ਦੇ ਵਿੱਚ ਜਿਹੜਾ ਸੁਣਦਾ ਪਿਆ ਨਾ ਅੱਛਾ ਹਾਂ ਉਹ ਟਰੱਕ ਚਲਾਉਣ ਰਿਹਾ ਤੇ ਉਹ ਕਹਿੰਦਾ ਵੀ ਇਹ ਡੈ ਮੈਨੂੰ ਹੁਣ ਬੋਰ ਕਰਨ ਤੇ ਉਹ ਲੱਗਾ ਹੋਰ ਉਹ ਕਹਿੰਦਾ ਮੈਂ ਗਾਣੇ ਹੀ ਸੁਣ ਲੈਣੇ ਇੰਨੋਂ ਚੰਗੇ ਦੇ ਉਹ ਕਹਿੰਦਾ ਯਾਰ ਗੱਲਬਾਤ ਨਾ ਐਡੀ ਉਹ ਲਾਈਕ ਤੇ ਕਰੀ ਜਾ ਕਮੈਂਟ ਲਾਈਕ ਸਬਸਕ੍ਰਾਈਬ ਤੇ ਕਰਤ ਰਹੀ ਜੀ ਉਹ ਅੱਛਾ ਉਹ ਕਹੀਦਾ ਵੀਡੀਓ ਦੇ ਵਿੱਚ ਉਹ ਵੀ ਕੰਦੇ ਹੁੰਦੇ ਲਾਈਕ ਨਾ ਸਬਸਕ੍ਰਾਈਬ ਕਰ ਦੋ ਕਿਦਾਂ ਕਹਦਾ ਮੈਨੂੰ ਤੇ ਪਤਾ ਨਹੀਂ ਬੋਲੀ ਫਿਰ ਮੈਨੂੰ ਦਤੂ ਕਰ ਦੋ ਨਾ ਤੁਸੀਂ ਕਿਦਾਂ ਕਹਿੰਦੇ ਹੁੰਦੇ ਦੱਸ ਇਹ ਤਾਂ ਸਟਾਰਟ ਕਰਨ ਚ ਪਹਿਲਾਂ ਹੀ ਕਹਿੰਦੇ ਵੀ ਵੀਡੀਓ ਲਾਈਕ ਕਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਿੱਦਾ ਅੱਛਾ ਵੀਡੀਓ ਸਟਾਰਟ ਕਰਦੇ ਬੋਲ ਦਿੰਦੇ ਆ ਹਾਂ ਆ ਲਾਈਕ ਲਾਈਕ ਨਾ ਸਬਸਕ੍ਰਾਈਬ ਕਰਨਾ ਨਾ ਪਹਿਲੋ ਕਰ ਦਿਓ ਓਕੇ ਤੂੰ ਲੈ ਤੇ ਮੈਂ ਇਹਦਾ ਮਤਲਬ ਮੈਨੂੰ ਤੇ ਫਿਰ ਆਉਂਦੀ ਨਹੀਂ YouTube ਪੁੱਤ ਮੈਂ ਤਾਂ ਕਹਿੰਦਾ ਹੀ ਨਹੀਂ ਕਿਸੇ ਨੂੰ ਤਾਉ ਬਾਉ ਹਾਂ ਇੱਦਾਂ ਹੀ ਕੀਤਾ ਦੇ ਇੱਦਾਂ ਤਾਂ ਕੋਈ ਤੂੰ ਮੈਂ ਆਪੇ ਉਹ ਇੱਦਾਂ ਤੇ ਇੱਦਾਂ ਕੀਤਾ ਦਿੱਤਾ ਉਹ ਹੁੰਦਾ ਹੀ ਆ ਇੱਦਾਂ ਤਾਂ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਕੋਈ ਤਾਂ ਉਹ ਇੱਦਾਂ ਦਾ ਟਾਰਗੇਟ ਵੀ ਡਿੰਦੇ ਹੁੰਦੇ ਹਨਾ 1 ਮਿਲੀਅਨ ਦਾ 1 ਟ੍ਰਿਲੀਅਨ ਦਾ 1 ਲੱਖ ਦਾ 1 ਲੱਖ ਦਾ ਟਾਰਗੇਟ ਵੀ ਦਿੰਦੇ ਹੁੰਦੇ ਹਨਾ 2 ਲੱਖ ਦਾ ਅੱਛਾ ਕੋਈ ਕਹਿੰਦੇ ਜੇ ਇੱਕ ਦਿਨ ਵਿੱਚ ਕੰਪਲੀਟ ਕਰਦਾ ਕੋਈ ਕਹਿੰਦਾ ਦੋਕ ਦਿਨਾਂ ਵਿੱਚ ਅੱਛਾ ਕਈ ਕਹਿੰਦਾ ਪਾਉਂਦੇ ਦਿੰਦਾ ਤੇ ਨਹੀਂ ਤੇ ਤੁਹਾਨੂੰ ਨਹੀਂ ਕੋਈ ਆਂਦਾ ਹੁੰਦਾ ਵੀ ਤੁਹਾਨੂੰ ਹੁਣ ਮੈਂ ਵੀਡੀਓ ਬਣਾਉਣਾ ਤੁਹਾਨੂੰ ਨਹੀਂ ਆਂਦਾ ਨਹੀਂ ਨਹੀਂ ਗੱਨੇ ਨਹੀਂ ਗੱਲ ਸੁਣੋ ਤੁਹਾਨੂੰ ਮੇਰੀ ਗੱਲ ਤੋਂ ਸੁਣ ਲਓ ਪਹਿਲਾਂ ਜਵਾਬ ਉਹ ਤੇ ਬਾਅਦ ਦੇ ਦੇ ਤਾਂ ਪਹਿਲਾਂ ਗੱਲ ਤੋਂ ਸੁਣ ਲਈ ਦੀ ਤੁਹਾਨੂੰ ਨੂੰ ਕੋਈ ਆਂਦਾ ਹੁੰਦਾ ਵੀ ਤੁਹਾਡਾ ਤਾਊ ਕੀ ਬਕਵਾਸ ਕਰਦਾ ਰਹਿੰਦਾ ਵੀਡੀਓ ਦੇ ਨਾ ਹਾਂ ਕਿਸੇ ਨੇ ਕਿਹਾ ਹੀ ਨਹੀਂ ਕੋਈ ਨਹੀਂ ਆਂਦਾ ਕੀ ਆਂਦੇ ਨੇ ਦੇਖ ਰਤਾਉਦੀਆਂ ਵੀਡੀਓ ਬਾਰੇ ਲੋਕੀ ਉਹ ਕਹਿੰਦਾ ਤੁਹਾਡੇ ਤਾਊ ਦੀ ਵੀਡੀਓ ਵਧੀਆ ਹੁੰਦੀ ਆ ਹਨਾ ਕਹਿੰਦੇ ਆਣ ਅੱਛਾ ਹਾਂ ਵੇ अच्छा फिर आ, ने, ने, आया, आया, चल, ने, ने, तो यो वीडियो ਵਿੱਚ ਆ ਉਹਨੇ ਆ ਜਾ ਆ ਜਾ ਤੂੰ ਵੀ ਆ ਜਾ ਚੱਲ ਜਾ ਆ ਜਾ ਆਇਆ ਆ ਗਿਆ अच्छा माइक ਇੱਥੇ ਠੀਕ ਆ ਠੀਕ ਆ ਲੱਗ ਗਿਆ ਆ ਦੇਖੋ ਜੀ ਆਪਾਂ ਦਾ ਜੀ ਨਹੀਂ ਤੇ ਤੁਸੀਂ ਵੀ ਵੇਖੀ ਕਦੀ ਕੋਈ ਮੇਰੀ ਵੀਡੀਓ ਹਾਂ ਜੀ ਮੈਂ ਵਾਦੂ ਆਦੇ ਮੈਰਾ ਵੀ ਦੇਖਦਾ ਹੁੰਦਾ ਦਾਦੀ ਨਾਲ ਮੈਂ ਵੀ ਦੇਖਦਾ ਹੁੰਦਾ ਦਾਦੀ ਨਾਲ ਕਦੀ ਕਦੀ ਤਕੀਮ ਕੀ ਗੱਲਾਂ ਕਰਦਾ ਨਾ ਮੈਂ ਇੱਕ ਵਾਰ ਤੂੰ ਇੱਕ ਵਾਰ ਤੁਸੀਂ ਇੰਡਿਆ ਵਰ ਗੱਡੀਆਂ ਲੈ ਕੇ ਗਈ ਸੀ ਕੋਈ ਥਾਰ ਜੀ ਵਾਲੀਆਂ ਗੱਡੀਆਂ ਸੀ ਨਾ ਇਦਾਂ ਥਾਰ ਸਾਡਾ ਪਿੰਡ ਘੁੰਮ ਰਹੇ ਸੀ ਅੱਛਾ ਸਾਡਾ ਪਿੰਡ ਘੁੰਮਣ ਗਿਆ ਸੀ ਇਹ ਤਾਂ ਨਾ ਹਾਂ ਅੱਛਾ ਉਹ ਵੇਖੀ ਤੁਸੀਂ ਹੈ ਠੀਕ ਆ ਠੀਕ ਆ ਤੇ ਮੈਂ ਵੀ ਪਰ ਗੱਡੀਆਂ ਤਾਂ ਤੁਸੀਂ ਵੀਡੀਓ ਕਈ ਬਿਨੇ ਉਹ ਤੇ ਉਹ ਪਤਾ ਉਹ ਤੇ ਉਹ ਦੂਜੀਆਂ ਡੇਲੀ ਉੱਠ ਕੇ ਉਹ ਵਲੋਗਿੰਗ ਵਾਲੇ ਕਰਦੇ ਹੁੰਦੇ ਆ ਤੇ ਹੁਣ ਉਹ ਮੈਂ ਤਾਂ ਕਰਦਾ ਨਹੀਂ ਫਿਰ ਮੈਂ ਵੀ ਉਹ ਕਰਨ ਲਾ ਆਪਾਂ ਉਹਨਾਂ ਨੂੰ ਹੈ ਤਾਂ ਉਹਦਾ ਨਹੀਂ ਹਨਾ ਮੈਂ ਇਦਾਂ ਹੀ ਕਰਾਂ ਜਿੱਦਾਂ ਮੈਂ ਕਰਦਾ ਵਾਂ ओके ਚਲ ਮੈਂ ਇਦਾਂ ਹੀ ਕਰਿਆ ਕਰੂੰਗਾ ਤੂੰ ਇਦਾਂ ਵਧੀਆ ਹੁੰਦਾ ਇਦਾਂ ਵਧੀਆ ਹੁੰਦਾ ਹੂੰ ਠੀਕ ਐ ਚਲੋ ਤੇ ਜਾਂਦੇ ਜਾਂਦੇ ਕੁਝ ਕਹਿਣਾ ਤੁਸੀਂ ਕਿਸੇ ਨੂੰ ਕਹਿਣਾ ਵਾ ਹਾਂ ਉਹ ਕਿਰਪਾ ਚਾਇਨਾ ਡੋਰ ਦਾ ਯੂਜ਼ ਨਾ ਕਰਿਓ ਅੱਛਾ ਕਿਰਪਿਆ ਹੈ ਬਲੇ ਪਲਾਸਟਿਕ ਦੀ ਡੋਰ ਯੂਜ਼ ਕਰਨਾ ਬਸ ਚਾਇਨਾ ਦੀ ਨਹੀਂ ਕਦੀ ਨਹੀਂ ਰਕ ਸ਼ੁਰੂਆਤ ਜੂਗੀ ਗਲੇ ਤੇ ਮੈਨੂੰ ਪਤਾ ਵੀ ਨਹੀਂਗਾ ਹੁਣ ਮੈਨੂੰ ਪਤਾ ਨਹੀਂਗਾ ਪਲਾਸਟਿਕ ਦੇ ਗਲੇ ਵੀ ਵੱਜ ਸਕਦੀ ਹੈ ਗਲ ਗਲੇ ਤੇ ਵੱਜ ਸਕਦੀ ਹੈ ਹੱਥ ਤੇ ਵੱਜ ਸਕਦੀ ਹੈ ਹੱਥ ਕੱਟਿਆ ਗਿਆ ਗਲਾ ਵੱਢਿਆ ਗਿਆ ਤੇ ਤੁਸੀਂ ਤਾ ਦੇਖਿਆ ਹੀ ਨਾ ਤੁਸੀਂ ਇਹ ਇਹ ਤਾਂ ਪੁੱਤ ਉਹ ਗੱਲ ਹੋ ਗਈ ਵੀ ਉਹ ਕਹਿੰਦੇ ਹੁੰਦੇ ਆ ਵੀ ਉਹ ਇਹ ਉਹ ਹੁਣ ਮੈਂ ਕਿਦਾਂ ਆਖਾਂ ਉਹ ਵੀ ਆਪਾਂ ਸਾਰੀ ਦੁਨੀਆ ਨੂੰ ਤਾਂ ਉਪਦੇਸ਼ ਦੇਈ ਜਾਂਦੇ ਆ ਤੇ ਆਪਾਂ ਆਪ ਅਮਲ ਨਹੀਂ ਕਰਦੇ ਹੈਂ ਹਾਂਜੀ ਇਹ ਆਪ ਕਈ ਵਾਰ ਵਰਤਦਾ ਹੈ ਹੈ ਇੱਕ ਕਈ ਵਾਰ ਮੈਂ ਵਰਤਿਆ ਨਹੀਂ ਤੇ ਚਾਈਨਾ ਡੋਰ ਤੁਸੀਂ ਹਰ ਵੀ ਹਰ ਵੀ ਨਹੀਂ ਕਦੀ ਕਦੀ ਵਰਤਦਾ ਸੀ ਆਈਨੋ ਉਹ ਵਾਧੂ ਵਰ ਲੈ ਕੇ ਆਇਆ ਇਹ ਚਾਈਨਾ ਇਹ ਪੋਏ ਦਾ ਖੋਲੋ ਸਾਰੇ ਇੱਕ ਦੂਜੇ ਦੇ ਆਪਣੇ ਹੁਣ ਵੀਡੀਓ ਦੇ ਚੱਕਰ ਦੇ ਵਿੱਚ ਹਨਾ ਨਹੀਂ ਤਾਂ ਜਦੋਂ ਨਾ ਮੈਂ ਆ ਆਪਣੇ ਹਰੇ ਰੰਗ ਦਾ ਗਿੱਟੂ ਲੈ ਕੇ ਆਇਆ ਇਹਨੂੰ ਬੜਾ ਵਧੀਆ ਲੱਗਿਆ ਇਹ ਕਹਿੰਦਾ ਤੂੰ ਕਿੱਥੋਂ ਲਿਆ ਮੈਂ ਕਿ ਜਿਹੜੀ ਅਸੀਂ ਦੁਕਾਨ ਤੋਂ ਅੱਗੇ ਨਹੀਂ ਹੁੰਦੀ ਹਾਂ ਉੱਥੋਂ ਲਿਆ ਇਹ ਕਹਿੰਦਾ ਠੀਕ ਆ ਬਸ ਸੰਤਵੜੇ ਦੇ ਨੇ ਇਹ ਲਾਇਆ ਮੇਰੇ ਵਰਗਾ ਵਾਚੇ ਨਹੀਂ ਤੇ ਗੱਲ ਸੁਣ ਤੈਨੂੰ ਪੈਸੇ ਮਿਲ ਜਾਂਦੇ ਤੇ ਡੋਰਾ ਡਾਰਾ ਨੂੰ ਘਰੋਂ ਨਾ ਮੈਨੂੰ ਲਿਆ ਕੇ ਦੇ ਦਿੰਦੇ ਅੱਛਾ ਜਦ ਕਿ ਤੈਨੂੰ ਡੋਰਾ ਹੀ ਲਿਆ ਕੇ ਦੇ ਦਿੰਦੇ ਆ ਜਿੱਦਾਂ ਕਿ ਮੈਂ ਮੰਗਦਾ ਨਾ ਡੋਰਾ ਜੋ ਮੇਰੀ ਖਤਮ ਹੋਈ ਮਿਲਿਆ ਦਿੰਦੇ ਓਕੇ 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 ਤੇ ਤੂੰ ਕਦੀ ਭੱਜ ਕੇ ਇਦਾਂ ਗਲੀਆਂ ਗਲੀਆਂ ਪਤੰਗ ਫੜਿਆ ਵਾ ਹਾਂਜੀ ਜਦਾਂ ਮੇ ਪਤੰਗ ਕੋਈ ਕੱਟਿਆ ਜਾਵੇ ਹਾਂ ਨਾ ਤੇ ਜੋ ਗਲੀ ਵੜੇ ਉਹਨੂੰ ਮੈਂ ਚੱਕਲੇ ਨਾਲ ਜੋ ਪੈਣ ਨਹੀਂ ਡਿੱਗ ਨਹੀਂ ਕਈ ਵਾਰੀ ਨਾ ਜਦਾਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਉਦੋਂ ਪਤੰਗ ਉਹ ਹਨਾ ਕਿਸੇ ਦਾ ਵੱਡਿਆ ਜਾਂਦਾ ਹੁੰਦਾ ਸੀ ਤੇ ਉਦੋਂ ਨਾ ਅਸੀਂ 10-15 ਜਾਣੇ ਹੁੰਦੇ ਸੀ 10-15 ਜਾਣੇ ਹੁੰਦੇ ਸੀ ਉਹ ਸਾਰੇ ਓੜੇ ਪਤੰਗ ਪਿੱਛੇ ਭਾਈ ਦਿੰਦੇ ਆ ਜਦੋਂ ਆ ਆਪਣੇ ਘਰ ਨਹੀਂ ਆ ਘਰ ਜਿਹੜੇ ਬਣੇ ਕਿੰਨੇ ਇੱਥੇ ਘਰ ਨਹੀਂ ਹੁੰਦੇ ਇੱਥੇ ਖਾਲੀ ਹੁੰਦਾ ਸੀ ਸਾਰਾ ਤੇ ਫਿਰ ਇੱਥੇ ਉਹਨਾਂ ਦੀ ਹਾਂ ਇਹ ਭਰਾਟ ਇੱਥੇ ਜਿਹੜੇ ਪਲਾਟਾਂ ਦੇ ਵਿੱਚ ਨਾ ਉਦੋਂ ਘਰ ਨਹੀਂ ਹੁੰਦੇ ਤੇ ਅਸੀਂ ਸਾਰੇ ਭਾਈ ਦਿੰਦੇ ਹੁੰਦੇ ਸੀ ਇਹਦੇ ਵਿੱਚ ਤੇ ਇੱਕ ਦੂਜੇ ਕੋ ਖੋਖ ਹੋ ਕੇ ਪਤੰਗ ਫੜਦੇ ਨੇ ਐਦਾਂ ਖੋਇਆ ਕਦੀ ਇੱਕ ਦੂਜੇ ਕੋ ਪਤੰਗ ਨਹੀਂ ਮੈਂ ਖੋਇਆ ਹਾਂ ਤਾਂ ਮੈਂ ਨਹੀਂ ਖੋਇਆ ਕਦੀ ਤੂੰ ਨਹੀਂ ਖੋਇਆ ਆਪਸ ਵਿੱਚ ਖੋਇਆ ਵਾ ਐਸਾ ਤੁਸੀਂ ਆਪਸ ਦੇ ਵਿੱਚ ਹੀ ਹੈ ਉਹ ਤਾਂ ਬਸੰਤ ਦੀ ਇੰਡੀਆ ਵਾਲਾ ਹੀ ਹੈ ਨਾ ਹਾਂ ਅਮਰ ਤੇ ਅਮਰ ਦੀ ਵੀਰੇ ਨੇ ਤਾਂ ਮੈਂ ਫੜਿਆ ਇਹਨੇ ਅੱਗੇ ਫੜ ਕੇ ਪਾਣੀ ਦਿੱਤਾ ਅੱਛਾ ਠੀਕ ਹੈ ਫੜਿਆ ਤੇ ਮੈਂ ਤੇ ਅਮਰ ਦੀ ਵੀਰੇ ਨੇ ਸਾਡਾ ਹੀ ਹੁੰਦਾ ਜਿਆਦਾ ਮਜ਼ਾ ਕੀ ਆਉਂਦਾ ਫਿਰ ਪਤੰਗ ਚੜਾ ਕੇ ਕਿ ਕ੍ਰਿਕਟ ਵਗੈਰਾ ਖੇਡ ਕੇ ਕੀ ਕਰ ਹੈਂ ਫੁੱਟਬਾਲ ਚ ਫੁੱਟਬਾਲ ਤੇ ਤੇਰੇ ਤੇਰੇ ਮਤਲਬ ਫੋਨ ਤੇ ਗੇਮ ਪੜੀ ਸੀ ਸਾ ਮੈਂ ਕਦੀ ਫੁੱਟਬਾਲ ਖੇਡਦੇ ਦੇ ਵੇਖਿਆ ਨਹੀਂਗਾ ਕਿੱਥੇ ਖੇਡਦੇ ਨਹੀਂ ਸਾਡੀ ਟੀਮ ਬਣੀ ਆ ਸਕੂਲੇ ਸਕੂਲੇ ਬਣੇ ਆ ਅਸੀਂ ਗਲੀ ਵਿੱਚ ਖੇਡਦੇ ਹਰ ਵੀ ਤੇ ਮੈਂ ਓਕੇ 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 ਦੂੰਏ ਇਹ ਮੋਟਾ ਟੀਵੀ ਦੇ ਦਾ ਇਹ ਟੀਵੀ ਇਹਦਾ ਰਹਿੰਦਾ ਹੈ ਨਹੀਂ ਖੇਡਦਾ ਵੀ ਆ ਮੈਂ ਕਦੀ 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 ਖੇਡਦਾ ਕਦੀ ਕਦੀ ਖੇਡਦਾ ਸਕੂਲੇ ਵੀ ਬਣਾ ਖੇਡਦਾ ਹੌਲੀ ਹੌਲੀ ਘਰੇ ਵੀ ਖੇਡਦਾ ਹੁੰਦਾ ਮੈਂ ਇਹਨਾਂ ਇੰਨਾ ਲੱਗਦਾ ਕਿ ਕਿਹੜਾ ਕਿਹੜਾ ਕੀ ਖੇਡਦਾ ਮੈਂ ਤਾਂ ਕਿਧਰ ਨਾ ਮੈਂ ਨਾ ਸਕਦੀ ਕਦੀ ਕਦੀ ਮੈਂ ਐਸਾ ਇੰਨਾ ਨਾ ਕਦੀ ਕਦੀ ਖੇਡ ਲੰਦਾ ਕਦੀ ਇਹਨਾਂ ਫੁੱਟਬਾਲ ਖੇਡ ਲੰਦਾ ਮੇਰੀ ਕਦੀ ਖੇਡਦਾ ਸੀ ਨਾ ਮੈਂ ਆਪਣੇ ਸਕੂਲੇ ਨਾ ਜਿੱਦਾਂ ਕੀ ਫਰੂਟ ਬ੍ਰੇਕ ਚ ਜੋ ਮੈਂ ਫਰੂਟ ਨਹੀਂ ਲੈ ਕੇ ਜਾਂਦਾ ਉਦੋਂ ਤੇ ਮੈਂ ਗਰਾਊਂਡ ਵਿੱਚ ਜਾ ਕੇ ਇਹ ਸਾਰੇ ਅਹੀਂ ਗੈਂਗ ਜੀ ਬਣਾਈ ਹੁੰਦੀ ਹੈ ਨਾ ਇਦਾਂ ਹੀ ਚਲੋ ਚਲੋ ਠੀਕ ਆ ਹੁਣ ਬਹੁਤ ਹੋ ਗਿਆ ਹੁਣ ਆਪਾਂ ਗੱਲਾਂ ਰਿਪੀਟ ਨਹੀਂ ਕਰਨੀਆਂ ਤੇ ਉਹ ਹੀ ਕਹਿ ਦਿਓ ਫਿਰ ਜਿਹੜੇ ਆਂਦੇ ਸੀ ਲਾਈਕ ਸਬਸਕ੍ਰਾਈਬ ਕੀ ਸ਼ੇਅਰ ਵਾਲਾ ਉਹ ਕਾਓ ਫਿਰ ਹੁਣ ਸਾਰੇ ਜਾਨੇ ਲਾਈਕ ਕਰੋ ਨਾ ਸਬਸਕ੍ਰਾਈਬ ਕਰੋ ਇਦਾਂ ਵੀਡੀਓ ਨੂੰ ਸ਼ੇਅਰ ਕਰੋ ਰੁਕ ਜਾ ਨਾਲੇ ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਯਾਰਾਂ ਦੋਸਤਾਂ ਨਾਲ ਜੇ 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 ਤੁਸੀਂ ਸਬਸਕ੍ਰਾਈਬ ਹੋ ਲਾਈਕ ਨਹੀਂ ਕੀਤਾ ਸਬਸਕ੍ਰਾਈਬ ਹੋ ਲਾਈਕ ਵੀਡੀਓ ਨੂੰ ਕਰਕੇ ਹੀ ਜਾਇਓ ਜੇ ਉਹਨਾਂ ਨੇ ਨਾ ਕੀਤਾ ਫਿਰ ਫਿਰ ਕੀ ਕਰ ਲੇਗਾ ਫਿਰ ਫਿਰ ਅਸੀਂ ਤੁਹਾਨੂੰ ਵੀਡੀਓ ਫਿਰ ਅਗਲੀ ਵੀਡੀਓ ਤੇ ਪੱਕਾ ਕਰਨਾ ਤੁਹੀਂ ਓਕੇ ਜੇ ਤੁਸੀਂ ਅਗਲੀ ਵੀਡੀਓ ਤੇ ਨਹੀਂ ਕੀਤਾ ਫਿਰ ਅਸੀਂ ਅਗਲੀ ਵੀਡੀਓ ਤੇ ਤਾਉ ਇੱਕ ਵੀਡੀਓ ਵੀ ਨਹੀਂ ਕੀਤਾ ਤਾਂ ਅਸੀਂ ਵੀਡੀਓ ਨਹੀਂ ਬੁਲਾਇਆ ਕਰਨੀ ਤਾਂ ਮੈਂ ਤਾਂ ਬਤਾਉ ਮੈਂ ਤਾਂ ਉਹ 1 ਮਿਲੀਅਨ ਕਰਵਾ ਸਕਦਾ ਕਿਦਾਂ ਹੋਣੀ ਵਾਲੇ ਹੁਣ ਆ ਚਲ 2 ਮਿਲੀਅਨ ਸਾਰੇ ਆਣੇ ਤੁਹਾਨੂੰ ਟਾਇਰ ਟਾਰਗੇਟ ਦਿੰਦਾ ਹਾਂ 2 ਮਿਲੀਅਨ ਮਿੰਟੋ ਮੈਂਡ ਕਰ ਦਿਓ ਜਦ ਮੈਂ ਟਾਰਕੇ ਦਿੰਦਾ ਪੂਰੇ ਤੇ ਪੂਰੇ 5 ਮਿਲੀਅਨ ਕਰ ਦਉ ਠੀਕ ਹੈ ਚਲੋ ਠੀਕ ਹੈ ਚਲੋ 2 ਮਹੀਨੇ ਵਿੱਚ ਪੂਰੇ 2 ਮਹੀਨੇ ਵਿੱਚ 2 ਮਹੀਨੇ ਦੇ ਵਿੱਚ ਇੰਨੇ ਨਹੀਂ ਪੁੱਤ 3 ਮਹੀਨਿਆਂ ਵਿੱਚ 10 ਲੱਖ ਨੇ ਚਲੋ ਚਲੋ ਠੀਕ ਹੈ ਠੀਕ ਹੈ ਚਲੋ ਚਲੋ ਹੁਣ ਸਾਰਿਆਂ ਨੂੰ ਸਸਰੀ ਗੱਲ ਕਹੋ ਜੈ ਸਾਸਰੀਆ ਕਾਲ ਸਾਸਰੀ ਕਾਲ ਜੀ ਓਕੇ ਜੀ ਇਹ ਸੀ ਕੁਛ ਵੀ ਨਹੀਂ ਸੀ ਹਨਾ ਮੈਂ ਪਹਿਲਾਂ ਇੱਕ ਦਿਨ ਮੈਂ ਜਦੋਂ ਤਿਆਰੀ ਜਿਹੜੇ ਪੋਡਕਾਸਟ ਬਾਰੇ ਸੋਚਦਾ ਹੁੰਦਾ ਸੀ ਕਿ ਬੱਚਿਆਂ ਨਾਲ ਕਰਨਾ ਤੇ ਉਦੋਂ ਮੇਰੇ ਦਿਮਾਗ ਚ ਹੁੰਦਾ ਸੀ ਕਿ ਮੈਂ ਯਾਰ ਕੁਝ ਕੁ ਕੁਐਸਚਨ ਲਿਖਣਾ ਵੀ ਮੈਂ ਅਸਲ ਦੇ ਵਿੱਚ ਥੋੜਾ ਜਿਹਾ ਵਧੀਆ ਰਿਸਰਚਡ ਕਰਨਾ ਚਾਹੁੰਦਾ ਸੀ ਵੀ ਅੱਜ ਕੱਲ ਦੀ ਬੱਚਿਆਂ ਦੀ ਸਾਈਕੋਲੋਜੀ ਉਹਨਾਂ ਦੀ ਉਹ ਕੀ ਸੋਚਣ ਦਾ ਹੈ ਉਹਨਾਂ ਦੇ ਅੱਜਕੱਲ ਕੀ ਦਿਮਾਗ ਦੇ ਵਿੱਚ ਚੱਲਦਾ ਵਾ ਬਟ ਇਨਸਟੈਂਟ ਜਿਹਾ ਹੋ ਗਿਆ ਵਾ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇ ਸ਼ਾਇਦ ਜਿੱਦਾਂ ਮੈਂ ਕਿਹਾ ਵੀ ਮੇਬੀ ਇਟ ਡੋਨਟ ਮੇਕ ਐਨੀ ਸੈਂਸ ਸੋ ਐਨੀਵੇ ਓਕੇ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਸਾਰੇ ਜਾਣੇ ਸასი ਸ਼ਕਲ ਸਾਰਿਆਂ ਨੂੰ